ਤੇ ਨਾਮ ਜਪਣ ਵਾਲਿਆਂ ਦੇ ਘਰ ਸਦਾ ਵਸਦੇ ਰਹਿੰਦੇ ਨੇ, ਖੁਸ਼ੀਆਂ ਵਾਲੇ ਰਹਿੰਦੇ ਨੇ। ਦੋ ਘਰ, ਇੱਕ ਬਾਹਰੀ ਘਰ ਜਿਹਨਾਂ ਵਿੱਚ ਅਸੀਂ ਰਹਿੰਦੇ ਹਾਂ, ਇੱਕ ਉਹ ਅੰਦਰ ਦਾ ਘਰ ਫਿਰ ਦਾ। ਮਾਰੇ ਕਹਿੰਦੇ ਨੇ ਦੋਵਾਂ ਥਾਵਾਂ ਵਿੱਚ ਸੁੱਖ ਹੋਣਾ ਚਾਹੀਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਦਿੱਤਾ ਹੋਇਆ ਨਾਮ ਜਿਹੜੇ ਜਿਹੜੇ ਮਨੁੱਖ ਜਪਦੇ ਨੇ ਉਹਨਾਂ ਦੇ ਮਨ ਵਿੱਚ ਵੀ ਸੁੱਖ ਹੈ ਤੇ ਉਹਨਾਂ ਦੇ ਘਰ ਪਰਿਵਾਰ ਵਿੱਚ ਵੀ ਸੁੱਖ ਹੈ। ਇਹ ਨਾਮ ਦੀਆਂ ਬਰਕਤਾਂ ਨੇ। ਜਿਸ ਜਿਸ ਮਨੁੱਖ ਨੇ ਵੀ, ਕਿਉਂਕਿ ਗੁਰੂ ਕਾ ਬੋਲ ਹੈ ਤੁਧ ਚਿਤ ਆਏ ਮਹਾ ਅਨੰਦਾ, ਤੁਧ ਵਿਸਰੈ ਸੋ ਮਲ ਜਾਏ। ਜੀਦੇ ਤੇ ਉਹ ਹੀ ਨੇ ਜਿਹੜੇ ਨਾਮ ਜਪਦੇ, ਔਰ ਨਾਮ ਜਪਣ ਵਾਲੇ ਲੋਕ ਜਦੋਂ ਸਰੀਰ ਕਰਕੇ ਲੋਕੀ ਕਹਿੰਦੇ ਚਲੇ ਗਏ, ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਹੀਂ, ਜੀਵਤ ਬੇਥੇ ਜਿਨੀ ਹਰ ਹਰ ਪਿਆਰ। ਪਰ ਇਹ ਕਹਿੰਦੇ ਨੇ ਨਾਮ ਜਪਣ ਵਾਲਿਆਂ ਨੂੰ ਮੈਂ ਸਦਾ ਜਿਉਂਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ, ਨਾਮ ਜਪਣ ਵਾਲਿਆਂ ਦੀ ਮੌਤ ਹੀ ਨਹੀਂ ਹੁੰਦੀ। ਪਰ ਇਹ ਕਹਿੰਦੇ ਮੈਂ ਵੇਖ ਰਿਹਾ ਵਾ ਇਸ ਸੰਸਾਰ ਦੇ ਵਿੱਚ ਜੇ ਕੋਈ ਜੀਂਦਾ ਹੈ ਉਹ ਹੀ ਮਨੁੱਖ ਜੀਆ ਹੈ ਜਿਸ ਮਨੁੱਖ ਨੇ ਜਪਿਆ ਹੈ ਜਿਸ ਤਿੰਨ ਚੀਜ਼ਾਂ ਨੇ ਜਿਹੜੀਆਂ ਮਨੁੱਖ ਨੂੰ ਬੜੀ ਜ਼ਰੂਰੀ ਚਾਹੀਦੀਆਂ ਨੇ। ਇੱਕ ਤਾਂ ਹੈ ਸੰਸਾਰ ਦੇ ਘਰ ਪਰਿਵਾਰ ਵਿੱਚ ਹਰ ਪ੍ਰਕਾਰ ਦਾ ਸੁੱਖ ਹੋਵੇ, ਖਾਣ ਪੀਣ ਨੂੰ ਚੰਗਾ ਹੋਵੇ, ਪਹਿਨਣ ਨੂੰ ਚੰਗਾ ਹੋਵੇ, ਮਾਇਆ ਖਰਚਣ ਨੂੰ ਹੋਵੇ, ਸਭ ਕੰਮ ਆਪਣੇ ਵਲ ਵਿੱਚ ਹੋਣ, ਕੋਈ ਵੀ ਕਿਸੇ ਪਾਸਿਓਂ ਪਰੇਸ਼ਾਨੀ ਨਾ ਹੋਵੇ। ਇਹਨੂੰ ਕਹਿੰਦੇ ਸੰਸਾਰ ਦੇ ਭੋਗ, ਜੋ ਕੁਝ ਸਾਨੂੰ ਚਾਹੀਦਾ। ਅਤੇ ਤੀਜਾ ਹੈ ਸਰੀਰ ਦੀ ਮਰਜ਼ਾਦਾ। ਸਰੀਰ ਆਪਣੀ ਜ਼ਿੰਦਗੀ ਮਰਜ਼ਾਦਾ ਵਿੱਚ ਰਹੇ, ਅਤੇ ਮਰਜ਼ਾਦਾ ਵਿੱਚ ਰਹਿਣ ਵਾਲੇ ਬੰਦੇ ਫਿਰ ਮੁੜ ਕੇ ਆਸ ਕਰਦੇ ਆ ਵੀ ਜਦੋਂ ਕੋਲੋਂ ਦੁਨੀਆ ਤੋਂ ਅਸੀਂ ਜਾਈਏ ਉਦੋਂ ਸਾਡੀ ਮੁਕਤੀ ਵੀ ਹੋ ਜਾਵੇ। ਮਹਾਰਾਜ ਕਹਿੰਦੇ ਨੇ ਇਹ ਤਿੰਨੇ ਚੀਜ਼ਾਂ ਮਿਲ ਜਾਣਗੀਆਂ ਇੱਕੋ ਪੰਕਤੀ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਸ ਦਿੱਤਾ ਮੁਕਤ ਭੁਗਤ ਜੁਗਤ ਤੇਰੀ ਸੇਵਾ, ਇਹ ਤਿੰਨੇ ਚੀਜ਼ਾਂ ਮਿਲ ਜਾਣਗੀਆਂ। ਮੁਕਤੀ ਵੀ ਮਿਲ ਜਾਏਗੀ, ਭੁਗਤੀ ਵੀ ਮਿਲ ਜਾਏਗੀ। ਭੁਗਤੀ ਦਾ ਭਾਵ ਹੈ ਸੰਸਾਰ ਦੇ ਪਦਾਰਥ, ਜੋ ਕੁਝ ਤੈਨੂੰ ਦੁਨੀਆ ਵਿੱਚ ਚਾਹੀਦਾ ਉਹ ਤੈਨੂੰ ਮਿਲੇਗਾ, ਪਰ ਗੁਰੂ ਕੀ ਸੇਵਾ ਵਿੱਚ ਲੱਗ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜੁਗਤ ਕਹਿੰਦੇ ਨੇ ਮਰਜ਼ਾਦਾ ਨੂੰ, ਜ਼ਿੰਦਗੀ ਦੀ ਉੱਚੀ ਸੁੱਚੀ ਪਵਿੱਤਰ ਮਰਜ਼ਾਦਾ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆ ਜਾਏ। ਉਂਝ ਤਾਂ ਕੋਈ ਵੀ ਨਹੀਂ ਮੰਨਦਾ ਵੀ ਮੇਰਾ ਢੰਗ ਤਰੀਕਾ ਮਾੜਾ ਹੈ, ਹਰ ਕੋਈ ਕਹਿੰਦਾ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਕੋਈ ਵੀ ਨਹੀਂ ਮੰਨਦਾ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਲੋਕਾਂ ਦੀ ਹੀ ਮਰਜ਼ਾਦਾ ਹੈ ਜਿਨ੍ਹਾਂ ਨੇ ਗੁਰੂ ਕੇ ਬਚਨ ਨੂੰ ਕਮਾਇਆ ਹੈ, ਜਿਨ੍ਹਾਂ ਦੇ ਕੋਲ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਰਹਿਤ ਆ, ਜਿਨ੍ਹਾਂ ਕੋਲ ਸਤਿਗੁਰਾਂ ਦੀ ਰਹਿਤ ਨਹੀਂ। ਉਹ ਜਿੰਨੇ ਮਰਜ਼ੀ ਗੱਲੀ ਬਾਤੀ ਸਚਿਆਰ ਹੋਣ ਪਰ ਮਾਰੇ ਕਹਿੰਦੇ ਉਹਨਾਂ ਨੂੰ ਖਾਣ ਦਾ ਪਤਾ ਨਹੀਂ ਲੱਗੇਗਾ, ਉਹਨਾਂ ਨੂੰ ਉੱਠਣ ਬੈਠਣ ਦਾ ਪਤਾ ਨਹੀਂ ਲੱਗੇਗਾ, ਉਹਨਾਂ ਦੀ ਜ਼ਿੰਦਗੀ ਦੀ ਕੋਈ ਵੀ ਮਰਜ਼ਾਦਾ ਨਹੀਂ ਹੋਏਗੀ, ਨਾ ਉਹਨਾਂ ਦਾ ਸੌਣਾ ਮਰਜ਼ਾਦਾ ਵਿੱਚ, ਨਾ ਉਹਨਾਂ ਦਾ ਉੱਠਣਾ ਮਰਜ਼ਾਦਾ ਵਿੱਚ, ਨਾ ਉਹਨਾਂ ਦਾ ਬੋਲਣਾ ਮਰਜ਼ਾਦਾ ਵਿੱਚ, ਨਾ ਉਹਨਾਂ ਦਾ ਵੇਖਣਾ ਅਤੇ ਸੁਣਨਾ ਮਰਜ਼ਾਦਾ ਵਿੱਚ, ਕੁਛ ਵੀ ਮਰਜ਼ਾਦਾ ਵਿੱਚ ਨਹੀਂ ਹੁੰਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਆਪਣੀ ਸੰਗਤ ਵਿੱਚ ਬਿਠਾ ਕੇ, ਹੌਲੀ ਹੌਲੀ ਜਦੋਂ ਸ਼ਬਦ ਦਾ ਰੰਗ ਚੜ੍ਹਦਾ ਹੈ, ਸ਼ਬਦ ਦੀ ਕਲਾ ਵਰਤਦੀ ਆ, ਉਹ ਮਨੁੱਖ ਮਰਜ਼ਾਦਾ ਵਾਲੇ ਪਾਸੇ ਆਉਣ ਲੱਗ ਪੈਂਦੇ। ਔਰ ਇੱਕ ਦਿਨ ਫਿਰ ਆਪ ਹੀ ਉਹਨਾਂ ਦੇ ਮਨ ਵਿੱਚੋਂ ਇਹ ਵਿਚਾਰ ਆ ਜਾਂਦੀ ਹੈ ਵੀ ਜੇ ਇਸ ਮਰਜ਼ਾਦਾ ਨੂੰ ਹੁਣ ਸੰਪੂਰਨ ਕਰਨਾ ਵਾ ਅਤੇ ਉਹ ਸੰਪੂਰਨਤਾ ਹੀ ਤਾਂ ਫਿਰ ਤਾਂ ਹੀ ਹੋਊਗੀ ਵੀ ਜੇ ਦੋ ਚੀਜ਼ਾਂ ਹੋਣਗੀਆਂ ਜਿਹਨੂੰ ਮਹਾਰਾਜ ਨੇ ਸਿੱਖਾਂ ਨੇ ਪੁੱਛਿਆ। ਮਹਾਰਾਜ ਜੀ ਥੋੜ੍ਹੇ ਅੱਖਰਾਂ ਵਿੱਚ ਜੇ ਸਿੱਖ ਦੀ ਪਰਿਭਾਸ਼ਾ ਪੁੱਛਣੀ ਹੋਵੇ ਤਾਂ ਕੀ ਆ? ਮਹਾਰਾਜ ਨੇ ਆਖਿਆ ਗੁਰਸਿੱਖੀ ਕੋ ਪੰਛੀ ਜਾਣੋ, ਬਾਣੀ ਬਾਣਾ ਖੰਭ ਪਛਾਣੋ। ਗੁਰਸਿੱਖੀ ਇੱਦਾਂ ਦੀ ਆ ਜਿੱਦਾਂ ਪੰਛੀ ਦਾ ਸਰੂਪ, ਪੰਛੀ ਨੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਉਡਾਰੀ ਮਾਰ ਕੇ ਚੱਲ ਜਾਂਦਾ ਹੈ। ਔਰ ਮਹਾਰਾਜ ਕਹਿੰਦੇ ਨੇ ਗੁਰਸਿੱਖੀ ਨੇ ਵੀ, ਗੁਰਸਿੱਖ ਨੇ ਇਸ ਦੁਨੀਆ ਤੋਂ ਉਡਾਰੀ ਮਾਰ ਕੇ ਆਪਣੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਦੇਸ਼ ਵਿੱਚ ਜਾਣਾ ਹੈ, ਅਤੇ ਜਿਵੇਂ ਪੰਛੀ ਦੇ ਦੋਵੇਂ ਖੰਭ ਹੋਣ ਤਾਂ ਉਡਾਰੀ ਮਾਰ ਸਕਦਾ, ਇੱਕ ਖੰਭ ਨਾਲ ਉਡਾਰੀ ਨਹੀਂ ਮਾਰ ਸਕਦਾ। ਸਿੱਖ ਦੇ ਵੀ ਦੋਵੇਂ ਖੰਭ ਹੋਣੇ ਚਾਹੀਦੇ ਨੇ, ਕਿਹੜੇ? ਬਾਣੀ ਬਾਣਾ ਪੰਖ ਪਛਾਣੋ। ਇੱਕ ਇਹਦਾ ਖੰਭ ਹੈ ਬਾਣੀ ਅਤੇ ਇੱਕ ਇਹਦਾ ਖੰਭ ਹੈ ਬਾਣਾ, ਇਹਦੇ ਕੋਲ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜੇ ਇਹ ਨਿਤਨੇਮ ਵੀ ਕਰ ਲੈਂਦਾ ਹੋਵੇ, ਬਾਣੀ ਪੜ੍ਹ ਲੈਂਦਾ ਹੋਵੇ, ਸੰਗਤ ਵਿੱਚ ਆਉਂਦਾ, ਇਹਦਾ ਇੱਕ ਖੰਭ ਆ ਗਿਆ,
ਤੇ ਮਹਾਰੇ ਕਹਿੰਦੇ ਨੇ ਜੇ ਬਾਣਾ ਨਹੀਂ ਪਾਉਂਦਾ ਅੰਮ੍ਰਿਤ ਨਹੀਂ ਛਕਦਾ ਉਹ ਦੂਜੀ ਤੇ ਚੀਜ਼ ਆਈ ਨਹੀਂ ਫਿਰ ਤੇ ਇੱਕ ਖੰਭ ਜਿੱਡਾ ਮਰਜ਼ੀ ਬਲਵਾਨ ਹੋਵੇ ਉੱਡ ਨਹੀਂ ਸਕਦਾ ਪੰਛੀ ਨਹੀਂ ਉਡਾਰੀ ਮਾਰ ਸਕਦਾ ਸਾਹਿਬ ਗਰੀਬ ਨਵਾਜ ਜੀ ਕਹਿੰਦੇ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ ਇਹ ਤਿੰਨੇ ਹੀ ਚੀਜ਼ਾਂ ਮਨੁੱਖ ਨੂੰ ਮਿਲ ਜਾਣਗੀਆਂ ਮਨੁੱਖ ਸੰਪੂਰਨ ਹੋ ਜਾਏਗਾ ਔਰ ਹਰ ਮਨੁੱਖ ਸੰਪੂਰਨ ਹੋਣ ਵਾਸਤੇ ਸਾਰੀਆਂ ਦੌੜਾਂ ਲੱਗ ਰਹੀਆਂ ਨੇ ਅਧੂਰਾਪਨ ਕਿਸੇ ਨੂੰ ਵੀ ਪ੍ਰਮਾਣ ਨਹੀਂ ਹਰ ਬੰਦਾ ਕਹਿੰਦਾ ਜਿੰਨੀ ਕਮਾਇਆ ਚਾਹੀਦੀ ਆ ਨਾ ਉਹ ਜ਼ੋਰ ਸ਼ੋਰ ਲਾ ਕੇ ਅਤੇ ਕਮਾ ਲਈਏ ਜਿੱਡਾ ਵੱਡਾ ਘਰ ਮੈਨੂੰ ਚਾਹੀਦਾ ਮੈਂ ਉਨੀ ਕਮਾਈ ਕਰ ਲਵਾਂ ਜਿੱਡੀ ਮੈਨੂੰ ਗੱਡੀ ਚਾਹੀਦੀ ਆ ਉਨੇ ਕੁ ਪੈਸੇ ਇਕੱਠੇ ਕਰ ਲਵਾਂ ਉਹ ਇਹਨਾਂ ਕੰਮਾਂ ਨੂੰ ਸੰਪੂਰਨਤਾ ਹੀ ਕਰਦਿਆਂ 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 ਸਾਰੀ ਉਮਰ ਲੰਘ ਜਾਂਦੀ ਬੰਦਾ ਕਦੀ ਪੂਰਾ ਹੁੰਦਾ ਹੀ ਨਹੀਂ ਅਧੂਰਾ ਦਾ ਅਧੂਰਾ ਰਹਿ ਜਾਂਦਾ ਮਹਾਰੇ ਕਹਿੰਦੇ ਜੇ ਤੂੰ ਸੰਪੂਰਨ ਹੋਣਾ ਤਾਂ ਕੀ ਕਰ ਮੁਕਤ ਭੁਗਤ ਜੁਗਤ ਤੇਰੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜਾ ਤੇਰੀ ਸੇਵਾ ਵਿੱਚ ਲੱਗ ਜਾਏ ਉਹਨੂੰ ਇਹ ਤਿੰਨਾਂ ਚੀਜ਼ਾਂ ਦੇ ਵਿੱਚ ਤੂੰ ਪੂਰਾ ਕਰ ਦੇਣਾ ਹੈ ਅਤੇ ਗੁਰੂ ਕੀ ਸੇਵਾ ਕੀ ਹੈ ਗੁਰੂ ਕੀ ਸੇਵਾ ਹੈ ਗੁਰੂ ਕਾ ਬਚਨ ਮੰਨਣਾ ਪਰ ਅੱਗੋਂ ਗਰੀਬ ਨਵਾਜ ਜੀ ਕਮਾਲ ਕਰਦੇ ਮਹਾਰੇ ਕਹਿੰਦੇ ਨੇ ਇਹ ਬਚਨ ਵੀ ਕੋਈ ਹਾਰੀ ਸਾਰੀ ਨਹੀਂ ਮੰਨ ਸਕਦਾ ਜੀਆਂ ਦੇ ਵੱਸ ਦੀ ਕੋਈ ਗੱਲ ਨਹੀਂ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਜਿਹਦੇ ਕੋਲੋਂ ਆਪਣਾ ਨਾਮ ਜਪਾਏਗਾ ਉਹ ਹੀ ਜਪ ਸਕਦੇ ਆ ਸਾਰੇ ਨਹੀਂ ਜਪ ਸਕਦੇ ਸੰਗਤ ਵਿੱਚ ਉਹ ਹੀ ਬੰਦਾ ਆ ਸਕਦਾ ਜਿਹਨੂੰ ਤੂੰ ਬਾਹੋਂ ਫੜ ਕੇ ਲਿਆਏਗਾ ਜਿਹੜੇ ਆਏ ਨੇ ਇਹਦਾ ਮਤਲਬ ਆ ਵੀ ਇਹਨਾਂ ਦੇ ਉੱਤੇ ਤੇਰੀ ਖਾਸ ਰਹਿਮਤ ਹੋਈ ਹੈ ਇਹ ਤੇਰੀ ਕਿਰਪਾ ਦੀ ਨਿਸ਼ਾਨੀ ਆ ਵੀ ਇਹ ਸਵੇਰੇ ਉੱਠ ਕੇ ਇਹਨਾਂ ਨੇ ਤੈਨੂੰ ਯਾਦ ਕੀਤਾ ਹੈ ਕੋਈ ਰਾਮ ਰਾਮ ਕਿਸੇ ਨੇ ਆਖਿਆ ਵਾਹਿਗੁਰੂ ਵਾਹਿਗੁਰੂ ਆਖਿਆ ਕਿਸੇ ਨੇ ਅੱਲਾਹੂ ਆਖਿਆ ਕਿਸੇ ਨੇ ਵੱਖ ਵੱਖ ਢੰਗ ਤਰੀਕਿਆਂ ਦੇ ਨਾਲ ਆਖਿਆ ਅਤੇ ਉਹ ਬਾਪ ਇੱਕੋ ਹੀ ਆ ਵੱਖਰੇ ਵੱਖਰੇ ਨਾਵਾਂ ਨਾਲ ਅਸੀਂ ਯਾਦ ਕਰ ਰਹੇ ਹਾਂ ਸਾਰੇ ਮਹਾਰੇ ਕਹਿੰਦੇ ਨੇ ਜਿੰਨਾ ਚਿਰ ਤੂੰ ਕਿਰਪਾ ਨਾ ਕਰੇ ਉਹਨਾਂ ਚਿਰ ਰੋਜ਼ ਆਪ ਜੀ ਪੜ੍ਹਦੇ ਹੋ ਜਿਸ ਤੂੰ ਜਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣਾ ਤੇਰੇ ਨਾਮ ਨੂੰ ਉਹਨੇ ਬਹਿ ਕੇ ਜਪਿਆ ਹੈ ਜਿਹਦੇ ਉੱਤੇ ਤੂੰ ਕਿਰਪਾ ਭਰਿਆ ਹੱਥ ਰੱਖਿਆ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਅਤੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਤੂੰ ਸਰਦਾ ਲਾਉਂਦਾ ਵਾਂ ਤੂੰ ਸਰਦਾ ਪਾਉਂਦਾ ਕਿਸੇ ਦੇ ਅੰਦਰ ਨਹੀਂ ਤਾਂ ਕੋਈ ਵੀ ਨਹੀਂ ਜੇ ਉੱਠਦਾ ਹੁਣ ਗਾਂ ਪਿੱਛੇ ਗਰਮੀ ਦੇ ਦਿਨ ਲੰਘ ਕੇ ਗਏ ਆ ਅਤੇ ਘਰ ਘਰ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਰਿਆਂ ਦੀ ਕਿਰਪਾ ਹੋਵੇ ਏਸੀ ਲੱਗੇ ਨੇ ਕਮਰੇ ਠੰਡੇ ਆ ਘੁੱਟ ਕੇ ਕੰਬਲ ਗਰਮੀਆਂ ਵਿੱਚ ਵੀ ਸੌਂਦੇ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਅਤੇ ਜਿਨ੍ਹਾਂ ਦੇ ਉੱਤੇ ਗੁਰੂ ਪਰਮੇਸ਼ਰ ਦੀ ਕਿਰਪਾ ਹੈ ਉਹ ਪਰਾ ਮਾਰਦੇ ਸਭ ਚੀਜ਼ਾਂ ਚੁੱਕ ਕੇ ਹੁਣ ਜਿਹੜਾ ਨਾ ਗਰਮੀ ਨਾ ਠੰਡ ਲੋਕ ਕਈ ਕਹਿੰਦੇ ਸੌਣ ਦਾ ਹੀ ਹੁਣ ਮਜ਼ਾ ਵਾ ਠੰਡੀ ਮਿੱਠੀ ਰੋਤੇ ਆ ਗਾਂ ਸਿਆਲ ਆ ਜਾਣਾ ਤਾਂ ਵੀ ਲੋਕ ਕਹਿੰਦੇ ਮੰਜੇ ਬਿਸਤਰਾ ਅਸਲ ਵਿੱਚ ਜਿਹਨੇ ਨਹੀਂ ਨਾ ਉੱਠਣਾ ਉਹਦਾ ਕਿਸੇ ਮੌਸਮ ਵਿੱਚ ਵੀ ਉੱਠਣ ਨੂੰ ਜੀ ਨਹੀਂ ਕਰਦਾ ਅਤੇ ਜਿਹਦੇ ਅੰਦਰ ਪਿਆਰ ਗੁਰੂ ਸਾਹਿਬ ਜੀ ਨੇ ਆਪ ਪਾ ਦਿੱਤਾ ਹੈ ਉਹ ਹਰ ਵੇਲੇ ਤਿਆਰ ਰਹਿੰਦਾ ਭਈ ਸਮਾਂ ਭਾਵੇਂ ਕੋਈ ਵੀ ਆਵੇ ਨਾ ਅੰਮ੍ਰਿਤ ਵੇਲਾ ਖੁੰਝਣ ਦੇਣਾ ਅਤੇ ਨਾ ਪਿਛਲਾ ਸੰਧਿਆ ਦਾ ਵੇਲਾ ਖੁੰਝਣ ਦੇਣਾ ਔਰ ਐਸੇ ਮਨੁੱਖਾਂ ਨੂੰ ਮਹਾਰੇ ਕਹਿੰਦੇ ਨੇ ਉਹ ਵਸ ਰਹੇ ਨੇ ਉਹਨਾਂ ਨੂੰ ਮੁਕਤੀ ਦਾ ਦਰ ਵੀ ਖੁੱਲ੍ਹਾ ਹੋਇਆ ਉਹਨਾਂ ਵਾਸਤੇ ਭੁਗਤੀ ਭਾਵ ਕੇ ਸੰਸਾਰ ਦੇ ਪਦਾਰਥਾਂ ਦੀ ਵੀ ਉਹਨਾਂ ਨੂੰ ਕੋਈ ਕਮੀ ਨਹੀਂ ਅਤੇ ਜੁਗਤੀ ਵੀ ਉਹਨਾਂ ਦੀ ਅੱਛੀ ਹੈ ਜਿਹੜੇ ਸ਼ਬਦ ਦੇ ਦੁਆਰਾ ਜ਼ਿੰਦਗੀ ਜੀ ਰਹੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਅਤੇ ਮਹਾਰਾਜ ਜੀ ਸਿਮਰ 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 ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਅਤੇ ਮਹਾਰਾਜ ਅੱਗੋਂ ਕਹਿੰਦੇ ਨੇ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ 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 ਮੇਰੇ ਸਤਿਗੁਰ ਦੀਨ ਦਿਆਲਾ ਮੇਰੇ ਸਤਿਗੁਰ ਦੀਨ ਦਿਆਲਾ ਸਤਿਗੁਰ ਦੀਨ ਦਿਆਲਾ ਮੇਰੇ ਸਤਿਗੁਰ ਦੀਨ ਦਿਆਲਾ ਸਤਿਗੁਰ ਬੜੀ ਨਿਮਰਤਾ ਦੇ ਨਾਲ ਸ਼ਰਧਾ ਅਤੇ ਸਤਿਕਾਰ ਨਾਲ ਕੋਈ ਸੇਵਾ ਕਰਦਾ ਸੀ ਜਦੋਂ ਮਹਾਰਾਜ ਜੀ ਸਰੀਰ ਕਰਕੇ ਆਉਂਦੇ ਸੀ
ਤਾਂ ਉਹ ਸਿੱਖ ਫਿਰ ਜਲ ਲਿਆ ਕੇ ਅਤੇ ਮਹਾਰਾਜ ਦੇ ਚਰਨ ਧੋਂਦੇ ਸੀ। ਚਰਨ ਧੋ ਕੇ ਅਤੇ ਉਹ ਜਿਹੜਾ ਚਰਨਾਂ ਦਾ ਅੰਮ੍ਰਿਤ ਬੜੀ ਖੁਸ਼ੀ ਨਾਲ ਪੀ ਜਾਂਦੇ ਸੀ ਕਿ ਅੱਜ ਤਾਂ ਬੜੇ ਵੱਡੇ ਭਾਗ ਨੇ ਭਾਈ ਮਹਾਰਾਜ ਦੇ ਚਰਨ ਧੋਣ ਨੂੰ ਪ੍ਰਾਪਤ ਹੋਏ। ਆ ਕਰਤਾਰਪੁਰ ਸਾਹਿਬ ਦੋ ਭਰਾ ਆਏ ਸੀ, ਇੱਕ ਦਾ ਨਾਂ ਸੀ ਭਾਈ ਸ਼ੀਹਾਂ, ਇੱਕ ਦਾ ਨਾਂ ਸੀ ਭਾਈ ਗੱਜਣ। ਮਹਾਰਾਜ ਦੇ ਚਰਨ ਜੇ ਕਿਸੇ ਨੇ ਧੋਣੇ ਹੋਣ ਅਤੇ ਪੀਣੇ ਹੋਣ ਤਾਂ ਉਹ ਕਿੱਦਾਂ ਪੀਣ? ਫਿਰ ਪਹਿਲੇ ਦਿਨ ਤੋਂ ਮਹਾਰਾਜ ਨੇ ਤਰੀਕਾ ਦੱਸਤਾ ਸੀ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਿਆਲ ਦੀ ਰੁੱਤ ਸੀ ਅਤੇ ਕੰਬਲ ਦੀ ਬੁੱਕਲ ਮਾਰ ਕੇ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ ਅਤੇ ਸਿੱਖ ਆਣ ਕੇ ਸੰਗਤ ਬਹਿੰਦੀ ਜਾਂਦੀ ਆ ਅਤੇ ਦੋ ਭਰਾ ਆਏ ਉਹ ਵੀ ਆਣ ਕੇ ਬਹਿ ਗਏ ਅਤੇ ਉਹ ਸੰਗਤ ਵਿੱਚ ਉੱਠ ਕੇ ਅਤੇ ਮਹਾਰਾਜ ਦੇ ਮੰਜੇ 'ਤੇ ਲਾਗੇ ਆ ਗਏ। ਮਹਾਰਾਜ ਕਹਿੰਦੇ ਹਾਂ ਭਈ ਦੱਸੋ ਭਾਈ ਸੀ ਹਾਂ ਕੀ ਗੱਲ ਆ? ਉਹ ਕਹਿੰਦੇ ਆ ਗਰੀਬ ਨਿਵਾਜ ਸਾਡੇ ਮਨ ਵਿੱਚ ਥੋੜ੍ਹਾ ਜਿਹਾ ਚਾਅ ਆ ਅਤੇ ਸਾਨੂੰ ਸਾਡੀ ਸ਼ਰਧਾ ਪੂਰੀ ਕਰੋ। ਕੀ ਸ਼ਰਧਾ? ਮਹਾਰਾਜ ਜੀ ਆ ਆਪਣੇ ਚਰਨਾਂ ਦੇ ਲਾਗੋਂ ਕੰਬਲ ਥੋੜ੍ਹਾ ਜਿਹਾ ਪਰਾਂ ਕਰੋ, ਅਸੀਂ ਘਰੋਂ ਸਲਾਹ ਕਰਕੇ ਆਏ ਸਾਂ ਵੀ ਅੱਜ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਥੋੜ੍ਹਾ ਸਮਾਂ ਘੁੱਟ ਕੇ ਅਤੇ ਫਿਰ ਵਾਪਸ ਆਉਣਾ, ਚਰਨ ਘੁੱਟਣੇ ਆ, ਸੇਵਾ ਕਰਨੀ ਹੈ। ਮਹਾਰਾਜ ਕਹਿੰਦੇ ਆ ਜੇ ਤੁਸੀਂ ਦੋਵੇਂ ਭਰਾ ਚਰਨ ਘੁੱਟਣ ਲੱਗ ਪਏ, ਘਟਾਉਂਦੇ ਸੀ, ਸਿੱਖ ਘੁੱਟਦੇ ਸੀ, ਬੜੀ ਸੇਵਾ ਕਰਦੇ ਸੀ, ਪਰ ਇੱਕ ਤਰੀਕਾ ਵੀ ਸੀ। ਮਹਾਰਾਜ ਨੇ ਇਹੋ ਜਿਹੀ ਗੱਲ ਕੀਤੀ ਆ ਜਿਹੜੀ ਰਹਿੰਦੀ ਦੁਨੀਆ ਤੱਕ, ਉਸ ਗੱਲ ਨੂੰ ਕੋਈ ਗਲਤ ਨਾ ਸਾਬਤ ਕਰ ਸਕੇ, ਜਿਹੜੀ ਗੱਲ ਸਦੀ ਵੀ, ਉਹ ਗੱਲਾਂ ਕੀਤੀਆਂ ਮਹਾਰਾਜ ਨੇ। ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਆਗਿਆ ਦੇ ਦਿੰਦਾ, ਮਗਰ ਆਹ ਜਿਹੜੇ ਬੈਠੇ ਹੋਏ ਨੇ ਦੋ ਹੋਰ ਆ ਜਾਣਗੇ, ਚਾਰ ਹੋਰ ਆ ਜਾਣਗੇ, ਦਸ ਵੀਹ ਬੰਦੇ ਸਾਰੇ ਸਿੱਖ ਇੱਥੇ ਖਲੋ ਜਾਣ ਵੀ ਅਸੀਂ ਚਰਨ ਘੁੱਟਣੇ ਆ। ਅਤੇ ਮਹਾਰਾਜ ਕਹਿੰਦੇ ਨੇ ਦੋ ਚਰਨ ਨੇ, ਇੱਕੋ ਵਾਰੀ ਜੇ ਸਾਰਿਆਂ ਨੇ ਘੁੱਟਣਾ ਹੋਵੇ ਤਾਂ ਕਿੰਨੇ ਕੁ ਜਾਣੇ ਘੁੱਟ ਸਕਦੇ? ਉਹ ਆਉਂਦੇ ਆ ਜੀ ਦੋ ਨਹੀਂ ਤਾਂ ਤਿੰਨ ਚਾਰ, ਬਸ ਇਸ ਤੋਂ ਵੱਧ ਚਰਨਾਂ ਨੂੰ ਕਿੰਨੇ ਕੁ ਜਾਣੇ ਹੱਥ ਪਾ ਲੈਣਗੇ? ਮਹਾਰਾਜ ਕਹਿੰਦੇ ਨੇ ਇਹ ਫਿਰ ਤਰੀਕਾ ਗਲਤ ਆ। ਮੈਂ ਕਹਿੰਦਾ ਵਾਂ ਵੀ ਇਹਨਾਂ ਇਸਦਾਂ ਚਰਨਾਂ ਨੂੰ ਦੋ ਚਾਰ ਪੰਜ ਨਹੀਂ, ਸਾਰੀ ਦੁਨੀਆ ਹੀ ਇਹਨਾਂ ਚਰਨਾਂ ਨੂੰ ਘੁੱਟੇ, ਸਾਰੀ ਦੁਨੀਆ ਇੱਕੋ ਵਾਰੀ ਲੱਗ ਪਵੇ ਅਤੇ ਇੱਕੋ ਵਾਰੀ ਸਾਰਿਆਂ ਨੂੰ ਫਲ ਮਿਲ ਜਾਵੇ। ਉਹ ਕਹਿੰਦੇ ਜੀ ਇੱਦਾਂ ਕਿੱਦਾਂ ਹੋ ਸਕਦਾ ਵੀ ਸਾਰੀ ਦੁਨੀਆ ਇਹਨਾਂ ਦੋ ਚਰਨਾਂ ਨੂੰ ਇੱਕੋ ਵਾਰੀ ਕਿੱਦਾਂ ਘੁੱਟੇਗੀ? ਮਹਾਰਾਜ ਕਹਿੰਦੇ ਨੇ ਤਰੀਕਾ ਮੈਂ ਦੱਸ ਦਿੰਦਾ ਵਾਂ, ਇਹ ਜਿਹੜੇ ਸਰੀਰਕ ਚਰਨ ਨੇ ਨਾ ਇਹ ਸਦੀਵੀ ਨਹੀਂ ਜੇ ਰਹਿਣੇ। ਗਰੀਬ ਨਿਵਾਜ ਜੀ ਕਹਿੰਦੇ ਤੁਹਾਨੂੰ ਅਸਲੀ ਚਰਨ ਤੁਹਾਨੂੰ ਦੇ ਕੇ ਜਾਣਾ, ਜਿਹਨਾਂ ਚਰਨਾਂ ਨੂੰ ਇੱਕ ਦੋ ਚਾਰ ਨਹੀਂ ਇੱਕ ਟਾਈਮ 'ਤੇ ਸਾਰੀ ਸ੍ਰਿਸ਼ਟੀ ਬਹਿ ਕੇ ਘੁੱਟ ਸਕਦੀ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਸੁੱਖ ਬਣ ਸਕਦਾ। ਉਹਨਾਂ ਕਹਿ ਜੀ ਉਹ ਕਿ ਗਰੀਬ ਨਿਵਾਜ ਜੀ ਕਹਿੰਦੇ ਨੇ ਗੁਰਸੰਗਤ ਦੇ ਵਿੱਚ ਆਣ ਕੇ ਚੌਂਕੜਾ ਮਾਰ ਕੇ ਬੈਠੋ ਅਤੇ ਗੁਰੂ ਕੇ ਚਰਨ ਨੇ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਨਾਮ, ਉਸ ਨਾਮ ਨੂੰ ਆਪਣੀ ਜ਼ਬਾਨ ਦੇ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਜਪੋ। ਜਿਹੜਾ ਨਾਮ ਜਪੇਗਾ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦਾ। ਜਾਪ ਸਾਹਿਬ ਵਿੱਚ ਮਹਾਰਾਜ ਨੇ ਲਿਖ ਦਿੱਤਾ ਚਿੱਤ ਚਰਨ ਨਾਮ, ਮੇਰੇ ਚਰਨਾਂ ਦੀ ਜੇ ਕਿਸੇ ਨੇ ਸੇਵਾ ਕਰਨੀ ਆ, ਅਕਾਲ ਪੁਰਖ ਜੀ ਦੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਜੇ ਕਿਸੇ ਨੇ ਸੇਵਾ ਕਰਨੀ ਆ ਤਾਂ ਆਪਣੀ ਰਸਨਾ ਤੋਂ ਜਪੋ ਵਾਹਿਗੁਰੂ 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 ਵਾਹਿਗੁਰੂ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਇਆਲਾ। ਦੀਨ ਦਾ ਅਰਥ ਹੈ ਨਿਮਾਣਾ ਜਿਹਾ, ਕੋਈ ਗਰੀਬੜਾ ਜਿਹਾ ਜਿਹਦਾ ਕੋਈ ਆਸਰਾ ਨਹੀਂ। ਮਹਾਰਾਜ ਅਸੀਂ ਨਿਆਸਰੇ ਹੋ ਕੇ ਤੇਰੇ ਦਰ 'ਤੇ ਆਏ ਹਾਂ, ਤੂੰ ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ ਹੈ, ਸ਼ੁਰੂ ਦਾ ਤੇਰਾ ਸੁਭਾਅ ਹੈ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ, ਅਸੀਂ ਸਦਾ ਹੀ ਤੇਰੇ ਚਰਨ ਧੋ ਧੋ ਕੇ ਪੀਂਦੇ ਰਹੀਏ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਫਿਰ ਮਹਾਰਾਜ ਕਹਿੰਦੇ ਨੇ ਜਦੋਂ ਉਹ ਗੁਰਸਿੱਖ ਸੰਗਤ ਵਿੱਚ ਆਉਂਦਾ, ਜਿਹੜਾ ਬੰਦਾ ਕਦੀ ਸੰਗਤ ਵਿੱਚ ਨਹੀਂ ਸੀ ਆਇਆ, ਉਹ ਜਦੋਂ ਸੰਗਤ ਵਿੱਚ ਆਉਣ ਲੱਗ ਪਿਆ ਤਾਂ ਹੌਲੀ ਹੌਲੀ ਜਦੋਂ ਸੰਗਤ ਦਾ ਰੰਗ ਉਹਨੂੰ ਚੜ੍ਹਿਆ ਤਾਂ ਉਹਨੇ ਵੇਖਿਆ ਜਦੋਂ ਵਿਹਲੇ ਟਾਈਮ ਗਲੀਆਂ ਬਾਜ਼ਾਰਾਂ ਵਿੱਚ ਖਲੋ ਕੇ ਐਵੇਂ ਹੀ ਇੱਕ ਦੂਜੇ ਵੱਲ ਵੇਖ ਵੇਖ ਕੇ ਅਤੇ ਅੱਖਾਂ ਮੈਲੀਆਂ ਕਰਦੇ ਰਹਿੰਦੇ ਸਾਂ, ਕੰਨ ਮੈਲੇ ਕਰਦੇ ਸਾਂ, ਨਿੰਦਿਆ ਕਰ ਕਰਕੇ ਜ਼ਬਾਨ ਮੈਲੀ ਕਰਦੇ ਸਾਂ, ਉੱਥੇ ਤਾਂ ਹੋਰ ਭਾਰ ਹੀ ਚੜ੍ਹਦਾ ਸੀ। ਆਹ ਤਾਂ ਸ਼ੁਕਰ ਆ ਭਈ ਗੁਰੂ ਕੀ ਸੰਗਤ ਵਿੱਚ ਬਹਿਣ ਦਾ ਸਮਾਂ ਮਿਲਿਆ, ਹੁਣ ਮੈਲ ਕਾਹਦੀ ਚੜ੍ਹਨੀ ਆ? ਜਿਹੜੀ ਪਹਿਲੀ ਮੈਲ ਵਾ ਉਹ ਵੀ ਗੁਰੂ ਸਾਹਿਬ ਨੇ ਸੰਗਤ ਵਿੱਚ ਬਿਠਾ ਕੇ ਅਤੇ ਲਾਹ ਦੇਣੀ।
ਉਹ ਫਿਰ ਸਦਕੇ ਜਾਂਦਾ ਉਸ ਸਮੇਂ ਤੋਂ। ਕਿਹੜੇ ਸਮੇਂ ਤੋਂ? ਉਹ ਕਹਿੰਦਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੈ ਦੁਆਰੈ ਆਇਆ। ਮਹਾਰਾਜ, ਮੈਂ ਉਸ ਸਮੇਂ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ, ਜਿਸ ਸਮੇਂ ਮੈਂ ਤੇਰੇ ਘਰ ਆਇਆ, ਮੈਨੂੰ ਤੇਰਾ ਦਰਸ਼ਨ ਹੋਇਆ, ਮੈਨੂੰ ਤੇਰੀ ਸੰਗਤ ਦਾ ਦਰਸ਼ਨ ਹੋਇਆ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੈ ਦੁਆਰੈ ਆਇਆ। ਹੇ ਗਰੀਬ ਨਿਵਾਸ ਜੀ, ਹੁਣ ਇਹ ਕਿਰਪਾ ਸਾਰੀ ਜ਼ਿੰਦਗੀ ਕਰਿਓ। ਜਿਨ੍ਹਾਂ ਨੇ ਇਹ ਅਰਦਾਸਾਂ ਕੀਤੀਆਂ ਵੀ ਸਾਰੀ ਜ਼ਿੰਦਗੀ ਤੇਰੀ ਸੰਗਤ ਵਿੱਚ ਆਈਏ, ਸਾਰੀ ਜ਼ਿੰਦਗੀ ਤੇਰੇ ਨਾਮ ਨੂੰ ਧਿਆਉਂਦੇ ਰਹੀਏ, ਇਹੋ ਜਿਹੇ ਗੁਰਮੁਖਾਂ ਦੇ ਘਰ ਮਹਾਰਾਜ ਕਹਿੰਦੇ ਸਦਾ ਵੱਸਦੇ ਰਹਿੰਦੇ ਨੇ। ਜਿੱਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਈ ਵਸਾਇਆ। ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਕਮੀ ਨਹੀਂ ਰਹਿੰਦੀ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀਆਂ ਖੁਸ਼ੀਆਂ, ਇਹ ਜਿਹੜੇ ਸਦਾ ਵਸਣ ਵਾਲੇ ਜਿਹੜੀਆਂ ਦਾਤਾਂ ਨੇ, ਇਹ ਪ੍ਰਾਪਤ ਕਿੱਥੋਂ ਹੁੰਦੀਆਂ ਨੇ? ਮਹਾਰਾਜ ਦੱਸ ਰਹੇ ਹਨ, ਸੁਖ ਸਾਗਰ ਗੁਰ ਪੈ। ਇਹ ਸਾਰੇ ਸੁੱਖ ਮਿਲਦੇ ਨੇ ਸਤਿਗੁਰ ਦੇ ਘਰੋਂ, ਕਿਉਂਕਿ ਸਤਿਗੁਰੂ ਸੁੱਖਾਂ ਦਾ ਸਮੁੰਦਰ ਹੈ। ਜਿਵੇਂ ਸਮੁੰਦਰ ਦਾ ਪਾਣੀ ਤੋਲਿਆ ਮਿਣਿਆ ਨਹੀਂ ਜਾਂਦਾ, ਇੱਦਾਂ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ, ਗੁਰੂ ਸਾਹਿਬ ਜੀ ਦੇ ਘਰ ਕਿੰਨੇ ਸੁੱਖ ਨੇ, ਉਹ ਵੀ ਕਦੀ ਗਿਣੇ ਮਿਲਣੇ ਨਹੀਂ ਜਾ ਸਕਦੇ। ਉਹ ਭਾਈ ਪੁਰਸ਼ੋਤਮ ਦਾ ਜਿਹੜਾ ਪੁੱਤਰ ਸੀ ਹਰਗੋਪਾਲ, ਉਹ 500 ਰੁਪਈਆ ਕਲਗੀ ਵਾਲੇ ਪਾਤਸ਼ਾਹ ਨੂੰ ਮੱਥਾ ਟੇਕ ਕੇ, ਅਤੇ ਉਹ ਸਮਝਦਾ ਸੀ ਮੇਰੇ ਜਿੰਨਾ ਮੱਥਾ ਹੀ ਨਹੀਂ ਕਿਸੇ ਨੇ ਟੇਕਿਆ। ਉਹ ਵਿਖਾ ਵਿਖਾ ਕੇ ਮੱਥਾ ਟੇਕਦਾ ਸੀ ਸਾਰਿਆਂ ਨੂੰ, ਅਤੇ ਉਹਦੇ ਖਿਆਲ 'ਚ ਇਹ ਵੀ ਸੀ ਕਿ ਆਹ ਤਾਂ ਕਿਸੇ ਨੇ ਆਨਾ ਟਕਾ, ਕਿਸੇ ਨੇ ਥੋੜ੍ਹਾ ਬਹੁਤਾ ਘਿਓ ਮੱਥਾ ਟੇਕਿਆ, ਬੜੀ ਵੱਡੀ ਦਸਵੰਧ ਦੀ ਰਕਮ ਆ 500 ਰੁਪਈਆ। ਤਾਂ ਹੈ ਤਾਂ ਵਾਕਿਆ ਹੀ ਗੱਲ ਇੱਦਾਂ ਹੈ, ਉਸ ਸਮੇਂ ਵਿੱਚ 500 ਰੁਪਈਆ ਬਹੁਤ ਵੱਡੀ ਰਕਮ ਸੀ। ਅਤੇ ਉਹਦੇ ਮਨ ਵਿੱਚ ਹਉਮੈ ਆਉਂਦੀ ਹੈ ਵੀ ਮੇਰੇ ਜਿੰਨਾ ਮੱਥਾ ਨਹੀਂ ਕਿਸੇ ਨੇ ਵੀ ਟੇਕਿਆ, ਅਤੇ ਤੁਰ ਲੱਗਿਆ। ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਜਿੰਨੇ ਟਕਾ ਮੱਥਾ ਟੇਕਿਆ ਉਹਨੂੰ ਵੀ ਮਹਾਰਾਜ ਨੇ ਆਖਿਆ ਤੈਨੂੰ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ, ਜਿੰਨੇ ਰੁਪਈਆ ਮੱਥਾ ਟੇਕਿਆ ਉਹਨੂੰ ਵੀ ਆਖਿਆ ਤੈਨੂੰ ਵੀ ਖੁਸ਼ੀਆਂ, ਜਿਹੜਾ ਥੋੜ੍ਹੇ ਤੋਂ ਥੋੜ੍ਹਾ, ਅਤੇ ਜਿਹੜਾ ਕੁਛ ਵੀ ਨਹੀਂ ਲਿਆਇਆ, ਗਰੀਬ ਸੀ, ਉਹਦੇ ਸਿਰ 'ਤੇ ਵੀ ਹੱਥ ਰੱਖ ਕੇ ਆਖਿਆ ਤੈਨੂੰ ਵੀ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ। ਅਤੇ ਉਹਦੇ ਮਨ ਵਿੱਚ ਵੀ ਮੈਨੂੰ ਪਤਾ ਨਹੀਂ ਕੀ ਦੇਣਗੇ, ਮੈਂ ਤਾਂ ਸਭ ਤੋਂ ਜ਼ਿਆਦਾ। ਜਦੋਂ ਉਹ ਆਇਆ ਮਹਾਰਾਜ ਕਹਿੰਦੇ ਆ ਭਾਈ ਹਰਗੋਪਾਲ, ਤੈਨੂੰ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ। ਅਤੇ ਜਦੋਂ ਤੁਰ ਪਿਆ ਤਾਂ ਹਰਗੋਪਾਲ ਦਾ ਮੂੰਹ ਬਣ ਗਿਆ ਭਾਈ ਵੇਖੋ ਜੀ, ਇੰਨਾ ਪੈਸਾ ਮੱਥਾ ਟੇਕਿਆ ਅਤੇ ਦਿੱਤਾ ਕੱਖ ਵੀ ਨਹੀਂ। ਬਾਪੂ ਮੇਰਾ ਕਹਿੰਦਾ ਸੀ ਮਹਾਰਾਜ ਬੜਾ ਕੁਝ ਦਿੰਦੇ ਆ ਅਤੇ ਇਹਨਾਂ 'ਤੇ ਦਿੱਤਾ ਹੀ ਕੱਖ ਨਹੀਂ। ਉਹ ਵਿਚਾਰਾ ਨਿੰਮੋ ਝਾੜਾ ਜਿਹਾ ਹੋ ਕੇ ਤੁਰਿਆ ਆਵੇ, ਆਉਂਦਿਆਂ ਆਉਂਦਿਆਂ ਇੱਦਾਂ ਉਹਦਾ ਸਰੀਰ ਦਾ ਬਲ ਘੱਟ ਗਿਆ ਵੀ ਆਪਣੇ ਸੰਗ ਨਾਲੋਂ ਨਿਖੜ ਗਿਆ, ਜਿੱਦਾਂ ਕਿਸੇ ਬੰਦੇ ਨੂੰ ਬਹੁਤ ਘਾਟਾ ਪੈ ਗਿਆ, ਸੰਗ ਨਾਲੋਂ ਨਿਖੜ ਗਿਆ। ਉਹ ਸੰਗਤ ਅੱਗੇ ਲੰਘ ਗਈ ਅਤੇ ਇਹਨੂੰ ਹਨੇਰਾ ਪੈ ਗਿਆ ਰਾਹ ਵਿੱਚ ਹੀ, ਇੱਕ ਪਿੰਡ ਵਿੱਚ ਖਲੋ ਗਿਆ ਰਾਹ ਵਿੱਚ। ਉੱਥੇ ਕਹਿੰਦਾ ਜੀ ਮੈਂ ਰਾਤ ਰਹਿਣਾ, ਸਿੱਖਾਂ ਦਾ ਘਰ ਉਹਨਾਂ ਦੱਸਦਾ ਸਿੱਖ ਦੇ ਘਰ ਚਲ ਗਿਆ ਅਤੇ ਮੂੰਹ ਲਟਕਾ ਕੇ ਬੈਠਾ ਹੋਇਆ ਵੀ ਇੰਨੇ ਚਿਰ ਦਾ ਮੇਰਾ ਪਿਓ ਦਸਵੰਧ ਇਕੱਠਾ ਕਰ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਲਈ ਆਇਆ, ਕਹਿੰਦਾ ਸੀ ਮਹਾਰਾਜ ਬੜਾ ਕੁਝ ਦਿੰਦੇ, ਸਾਨੂੰ ਤਾਂ ਕੱਖ ਵੀ ਨਹੀਂ ਦਿੱਤਾ। ਉਹ ਪ੍ਰਸ਼ਾਦਾ ਪਾਣੀ ਪੁੱਛਣ ਤਾਂ ਉਹ ਕੂਵੇ ਹੀ ਨਾ, ਉਹਨੂੰ ਪੁੱਛਦੇ ਆ ਵੀ ਕਾਰਨ ਕੀ ਆ। ਉਹਦਾ ਨੁਕਸਾਨ ਬੜਾ ਹੋ ਗਿਆ। ਕੀ ਨੁਕਸਾਨ ਹੋਇਆ? 500 ਰੁਪਈਆ ਮੱਥਾ ਟੇਕ ਆਇਆ, ਮਹਾਰਾਜ ਨੇ ਦਿੱਤਾ ਹੀ ਕੱਖ ਨਹੀਂ। ਉਹ ਕਹਿੰਦੇ ਇੱਦਾਂ ਨਹੀਂ ਹੁੰਦਾ, ਤੁਰ ਲੱਗਿਆਂ ਕੀ ਕਿਹਾ ਸੀ ਮਹਾਰਾਜ ਨੇ? ਬਸ ਇੰਨਾ ਹੀ ਆਖਿਆ ਵੀ ਤੈਨੂੰ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ, ਅਤੇ ਖੁਸ਼ੀਆਂ ਤਾਂ ਸਾਡੇ ਘਰ ਅੱਗੇ ਹੀ ਬੜੀਆਂ ਨੇ। ਸਾਡਾ ਘਰ ਵੱਸਦਾ ਰੱਸਦਾ ਹੈ, ਲਵੇਰੀਆਂ ਘੋੜੀਆਂ ਕਾਰੋਬਾਰ ਫਸਲਾਂ ਸਭ ਕੁਝ ਬੜਾ, ਨੌਕਰ ਚਾਕਰ, ਅਸੀਂ ਖੁਸ਼ੀਆਂ ਨੂੰ ਕੀ ਕਰਨਾ ਸੀ ਭਲਾ? ਕਿਉਂਕਿ ਉਹ ਜਿਹੜਾ ਬੰਦਾ ਫੜ ਫੜ ਕੇ ਜੇਬ 'ਚ ਪਾਉਣ ਗਿੱਜਾ ਹੋਵੇ ਉਹਦੇ ਵਾਸਤੇ ਦੇਣੇ ਬੜੇ ਔਖੇ ਆ। ਮੇਰੇ ਵਰਗਾ ਬੰਦਾ ਮੱਥਾ ਟੇਕੂਗਾ ਨਾ, ਜਿਹੜਾ ਰੋਜ਼ ਲਿਫਾਫੇ ਫੜ ਫੜ ਜੇਬ 'ਚ ਪਾਉਂਦਾ, ਮੱਥਾ ਟੇਕਣ ਨੂੰ ਜੀ ਨਹੀਂ ਕਰਦਾ, ਅੰਦਰੋਂ ਪੈਸਾ ਕੱਢਣਾ ਕਿਤੇ ਸੌਖਾ ਪਿਆ? ਇਹ ਤਾਂ ਤੁਸੀਂ ਹੋ ਜਿਹੜੇ ਸਾਨੂੰ ਵੀ ਦੇਈ ਜਾਂਦੇ ਹੋ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਵੀ ਰੱਖੀ ਜਾਂਦੇ ਹੋ, ਸੰਗਤ ਵਰਗਾ ਕੋਈ ਵੀ ਨਹੀਂ। ਰਹੋ ਵਿਚਾਰ, ਉਹ ਬੰਦ ਗੁਰਸਿੱਖ ਨੂੰ ਪਤਾ ਲੱਗ ਗਿਆ ਵੀ ਇਹਨੂੰ ਮਹਾਰਾਜ ਦੇ ਬਚਨ ਦੀ ਕਦਰ ਹੀ ਨਹੀਂ ਵੀ ਗੁਰੂ ਸਾਹਿਬ ਜੀ ਨੇ ਕੀ ਕਿਹਾ ਵਾ। ਜੇ ਗੁਰੂ ਕੀ ਖੁਸ਼ੀ ਹੋਵੇ ਤਾਂ ਘਰ ਵਿੱਚ ਖੁਸ਼ੀ ਆ, ਜੇ ਗੁਰੂ ਨਾਲ ਖੁਸ਼ ਹੋਵੇ ਤਾਂ ਖੁਸ਼ੀ ਕਾਹਦੀ ਆ? ਉਹਨੇ ਆਖਿਆ ਵੀ ਜੇ ਤੈਨੂੰ 500 ਰੁਪਈਏ ਦਾ ਪ੍ਰਬੰਧ ਕਰ ਦਈਏ ਕਿਤੇ, ਅਤੇ ਫਿਰ ਉਹ ਜਿਹੜੀਆਂ ਖੁਸ਼ੀਆਂ ਕਲਗੀ ਵਾਲਿਆਂ ਨੇ ਦਿੱਤੀਆਂ ਨੇ ਉਹ ਅਰਦਾਸ ਕਰੇਗਾ, ਮੈਨੂੰ ਦਏਗਾ? ਤੂੰ ਆਉਂਦਾ ਵੀ ਭਾਵੇਂ ਅਰਦਾਸਾਂ 2 ਕਰਾ ਲਓ, ਤੁਸੀਂ ਰੁਪਈਆ 500 ਦੇ ਦਿਓ, ਮੈਂ ਅਰਦਾਸ ਕਰ ਦਿੰਦਾ। ਉਸ ਗੁਰਸਿੱਖ ਪਿਆਰੇ ਨੇ ਔਖੇ ਸੌਖੇ ਪੈਸੇ ਇਕੱਠੇ ਕੀਤੇ ਪਰ 500 ਨਹੀਂ ਹੋਇਆ। ਜਦੋਂ ਨਹੀਂ ਹੋਇਆ ਤਾਂ ਉਹਦੀ ਜਿਹੜੀ ਘਰ ਦੇ ਸਾਹਮਣੇ ਪੈਲੀ ਸੀ ਥੋੜ੍ਹੀ ਬਹੁਤੀ, ਉਹਨੇ ਉਹ ਵੀ ਵੇਚਤੀ,
ਵੀ ਗੁਰੂ ਕੀ ਖੁਸ਼ੀ ਵਿੱਚ ਤਾਂ ਸਭ ਕੁਝ ਆ, ਥੋੜ੍ਹੀ ਜਿਹੀ ਉਹਦੀ ਬਚੀ 10-15 ਮਰਲੇ, ਬਾਕੀ ਉਹਨੇ ਵੇਚ ਕੇ ਅਤੇ ਪੈਸੇ ਆ ਲੈ ਵੀ 500 ਰੁਪਈਆ। ਉਹਨੇ ਫਿਰ ਖਲੋ ਕੇ ਆਖਿਆ, ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜੀਆਂ ਖੁਸ਼ੀਆਂ ਤੁਸੀਂ ਦਿੱਤੀਆਂ ਸੀ ਉਹ ਮੈਂ ਇਸ ਸਿੱਖ ਕੋਲ ਤੁਹਾਨੂੰ ਦਿੱਤਾ ਹੋਇਆ 500 ਰੁਪਈਆ ਲੱਲਿਆ, ਅਤੇ ਮੈਨੂੰ ਤੁਹਾਡੀਆਂ ਖੁਸ਼ੀਆਂ ਨਹੀਂ ਚਾਹੀਦੀਆਂ, ਆਪਣੀਆਂ ਖੁਸ਼ੀਆਂ ਤੁਸੀਂ ਇਹਨੂੰ ਦੇ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਚਲੋ ਜੀ, ਉਹ ਤਾਂ ਖੁਸ਼ ਹੋ ਗਿਆ, ਪ੍ਰਸ਼ਾਦਾ ਪਾਣੀ ਵੀ ਛਕਿਆ, ਸਵੇਰੇ ਟਾਈਮ ਨਾਲ ਆਪਣੇ ਘਰ ਨੂੰ ਚਲ ਗਿਆ। ਕਿਉਂਕਿ ਗੁਰੂ ਸੁੱਖਾਂ ਦਾ ਸਮੁੰਦਰ ਆ, ਗੱਲ ਇੱਥੋਂ ਸ਼ੁਰੂ ਹੋਈ, ਮੈਂ ਸੰਖੇਪ ਵਿੱਚ ਹੀ ਦੱਸਣਾ। ਜਦੋਂ ਉਹ ਆਪਣੇ ਘਰ ਨੂੰ ਚਲ ਗਿਆ ਅਤੇ ਇੱਧਰ ਇਹਨੇ ਪੈਲੀ ਬੰਨਾ ਅਤੇ ਵਿਕ ਗਿਆ, ਥੋੜ੍ਹੀ ਜਿਹੀ ਪੈਲੀ ਰਹਿ ਗਈ, ਅਤੇ ਉਹਦੀ ਘਰਦੀ ਕਹਿੰਦੀ ਵੀ ਹੁਣ ਆਹ ਜਿਹੜੀ 10 ਮਰਲੇ ਥੋੜ੍ਹੀ ਜਿਹੀ 41 ਰਹਿ ਗਈ, ਇਹਦੇ ਵਿੱਚੋਂ ਡੰਗਰ ਨਹੀਂ ਮੁੜਨੇ, ਹੁਣ ਰੈਲ ਕਾਹਦੀ ਮਾਰਨੀ ਆ ਅਤੇ ਮੋੜਨੇ ਕਿੱਧਰੋਂ ਆਉਂਦੀ ਆ, ਬੋਲਦ ਇਹਨੂੰ ਕਈ ਨਾਲ ਹੀ ਗੋਡ ਲਾ। ਉਹ ਕਈ ਨਾਲ ਗੋਡ ਲੱਗ ਪਿਆ, ਉਹੀ ਸ਼ੁਰੂ ਤੋਂ ਥਾਂ ਸੀ, ਜਦੋਂ ਗੋਡਦਿਆਂ ਗੋਡਦਿਆਂ ਵਿਚਕਾਰ ਜੇ ਆਇਆ ਤਾਂ ਕੜਾ ਚੱਕਰ ਦੀ ਕਈ ਥੱਲੇ ਵੱਜੀ ਕਿਸੇ ਚੀਜ਼ ਨਾਲ, ਤਾਂ ਉਹਨੇ ਵੇਖਿਆ ਵੀ ਕਈ ਨਾ ਟੁੱਟ ਜੇ ਕਿਤੇ, ਕੀ ਆ ਥੱਲਿਓ ਨੂੰ ਪਰਾਂ ਕਰਾਂ। ਜਦੋਂ ਉਹ ਮਿੱਟੀ ਪਰਾਂ ਕੀਤੀ ਤਾਂ ਥੱਲਿਓਂ ਤਾਂਬੇ ਦੀ ਇੱਕ ਦੇਗ ਸੀ, ਉਹੀ ਪੈਲੀ ਜਿਹੜੀ ਪਿਓ ਦਾਦੇ ਤੋਂ ਵਾਹੁੰਦੇ ਆਉਂਦੇ ਸੀ। ਗੁਰੂ ਸਾਹਿਬ ਨੇ ਕਿੱਧਰੋਂ ਕਿਸੇ ਨੂੰ ਬਖਸ਼ਿਸ਼ ਕਰ ਦੇਣੀ ਆ। ਕੱਲ੍ਹ ਇੱਕ ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਬੜਾ ਭੰਗੜੇ ਪਾਉਂਦਾ ਸੀ ਮੋਬਾਈਲ ਦੇ ਉੱਤੇ, ਉਹ ਆਂਦਾ ਰੋਜ਼ ਅਰਦਾਸਾਂ ਕਰੀਦੀਆਂ ਸੀ ਮਹਾਰਾਜ ਅੱਗੇ। ਇੱਕ ਲਾਟਰੀ ਵਾਲਾ ਬਦੋ ਬਦੀ ਲਾਟਰੀ ਸੁੱਟ ਗਿਆ ਵੀ ਨਾ ਪੈਸੇ ਦਈਂ ਯਾਰ, ਬਾਅਦ 'ਚ ਲੱਲਾਂਗੇ। ਅਤੇ ਉਹ ਕਹਿੰਦਾ ਉਹ ਮੈਂ ਆਪਣੇ ਪੋਤੇ ਵਾਸਤੇ ਕੋਈ ਹੱਟੀਓਂ ਚੀਜ਼ ਲੈ ਕੇ ਜਾਣ ਡਿਆ ਸੀ। ਅਤੇ ਉਹ ਫਿਰ ਕਹਿੰਦਾ ਅਗਲੇ ਦਿਨ ਡਰਾ ਕੱਟਿਆ ਅਤੇ ਕਹਿੰਦਾ ਵੇਖੋ ਜੀ 10 ਲੱਖ ਦੀ ਲਾਟਰੀ ਲੱਗ ਗਈ ਜਾਂਦੀ। ਹੁਣ ਉਸ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਪਤਾ ਨਹੀਂ ਵੀ ਉਹਨੇ ਕਿੱਧਰੋਂ ਕਿਸੇ ਨੂੰ ਦੇ ਦੇਣਾ, ਅਤੇ ਉਹ ਪੈਂਚਰ ਲਾਉਣ ਵਾਲਾ ਗਰੀਬ ਬੰਦਾ ਵਿਚਾਰਾ, ਉਹ ਦੇਗ ਕੱਢੀ ਅਤੇ ਉਹ ਸਾਰੀ ਦੇਗ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਸੀ, ਪੁਰਾਤਨ ਦੇਗ ਸੀ, ਕਿਤੇ ਪਤਾ ਨਹੀਂ ਕਦੋਂ ਕਦੀ ਸਦੀਆਂ ਦੀ ਨੱਪੀ ਹੋਈ। ਇੱਕਦਮ ਅਮੀਰੀ ਫਟਾਫਟ ਮਹੱਲ ਪੈ ਗਏ, ਜ਼ਮੀਨਾਂ ਖਰੀਦ ਲਈਆਂ, ਘੋੜੀਆਂ ਆ ਗਈਆਂ, ਲਵੇਰੇ ਆ ਗਏ, ਜਿਹਦੇ ਕੋਲ ਇੱਕੋ ਹੀ ਕਮਰਾ ਸੀ ਬਰਾਂਡਾ, ਇੱਕ ਪਾਸੇ ਡੰਗਰ ਬੱਝੇ ਹੁੰਦੇ ਸੀ, ਇੱਕ ਪਾਸੇ ਉਹਦੀ ਆਪਣੀ ਮੰਜੀ ਪਰਿਵਾਰ ਦੀ ਰੱਠੀ ਹੁੰਦੀ ਸੀ। ਉਹ ਸ਼ਾਹੂਕਾਰਾ ਬਣ ਗਿਆ ਇੱਕਦਮ, ਅਤੇ ਉਹ ਜਿਹਨਾਂ ਨੂੰ ਖੁਸ਼ੀਆਂ ਦਿੱਤੀਆਂ ਸੀ, ਜਦੋਂ ਉਹਨਾਂ ਨੇ ਆਖਿਆ ਸਾਨੂੰ ਨਹੀਂ ਗੁਰੂ ਕੀ ਖੁਸ਼ੀਆਂ ਦੀ ਲੋੜ, ਅਤੇ ਮਹਾਰਾਜ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ, ਰਾਜਿਆਂ ਨੂੰ ਮੰਗਤੇ ਬਣਾ ਸਕਦਾ ਹੈ। ਅਤੇ ਉਹਨਾਂ ਦੇ ਜਿਹੜੇ ਕਾਰੋਬਾਰ ਗੁਰੂ ਕੀ ਕਿਰਪਾ ਨਾਲ ਚੱਲਦੇ ਸੀ ਉਹ ਕਾਰੋਬਾਰ ਪੁੱਠੇ ਪੈ ਗਏ, ਜੀ ਬਿਮਾਰ ਹੋਣ ਲੱਗ ਪਏ, ਜਿੱਧਰੋਂ ਲੈਣਾ ਸੀ ਉਹ ਦਵੇ ਕੋਈ ਨਾ, ਅਤੇ ਜਿਨ੍ਹਾਂ ਦੇ ਦੇਣੇ ਸੀ ਉਹ ਘਰ ਆਣ ਕੇ ਗਲ ਪੈਣ ਲੱਗ ਪਏ। ਕਾਰੋਬਾਰ ਤਾਂ ਇੱਦਾਂ ਹੀ ਚੱਲਦੇ ਆ, ਵਪਾਰ ਜਿਹੜੇ ਆ। ਜਦੋਂ ਫਿਰ ਉਹਦੇ ਬਾਪ ਦੇ ਗਲ ਵਿੱਚ ਕਿਸੇ ਨੇ ਪਰਨਾ ਪਾਇਆ ਵੀ ਦਿੰਦੇ ਕਿਉਂ ਨਹੀਂ ਸਾਡੇ ਪੈਸੇ, ਉਹ ਫਿਰ ਆਪਣੇ ਬਾਪ ਦੀ ਬੇਇੱਜ਼ਤੀ ਹੁੰਦਿਆਂ ਵੇਖ ਕੇ ਤੁਹਾਨੂੰ ਪੁੱਛਦਾ ਵੀ ਤੁਹਾਡੇ ਕਿੰਨੇ ਆ, ਉਹ ਆਉਂਦਾ ਵੀ 500। ਉਹਨੇ ਕਿਹਾ ਠਹਿਰ ਜਾਓ, ਉਹ ਜਿਹੜਾ ਵਾਪਸ ਲਿਆਇਆ 500 ਰੁਪਈਆ ਸੀ ਨਾ, ਉਹਨੂੰ ਦੇ ਕੇ ਅਤੇ ਆਪਣੇ ਬਾਪ ਦੀ ਪੱਗ ਬਚਾਈ। ਉਹ ਫਿਰ ਉਹਦਾ ਪਿਓ ਜਿਹੜਾ ਸੀ ਨਾ ਭਾਈ ਪੁਰਸ਼ੋਤਮ, ਉਹਨੇ ਪੁੱਛਿਆ ਵੀ ਤੇਰੇ ਕੋਲ ਪੈਸੇ ਕਿੱਥੋਂ ਆਏ, ਉਹ ਕਹਿੰਦਾ ਵੀ ਪੈਸੇ ਕਿੱਥੋਂ ਆਏ, ਵੇਖ ਲਾ ਵੀ ਆਪਣੀ ਅਕਲ ਨਾਲ ਬਚਾ ਕੇ ਲਿਆਂਦੇ, ਅੱਜ ਤੇਰੀ ਪੱਗ ਬਚਾਤੀ ਆ, ਤੂੰ ਤਾਂ ਪਤਾ ਨਹੀਂ ਕਦੋਂ ਕਦੇ ਆਨੰਦਪੁਰ ਸਾਹਿਬ ਭੇਟਾ ਦੇਈ ਜਾਂਦਾ ਸਾਂ ਅਤੇ ਉਹ ਦਿੰਦੇ ਤਾਂ ਕੱਖ ਵੀ ਨਹੀਂ ਗਏ। ਮਹਾਰਾਜ ਉਹ ਕਹਿੰਦਾ ਵੀ ਹੋਇਆ ਕੀ ਆ, ਮੈਂ ਤਾਂ ਤੈਨੂੰ ਕਈ ਵਾਰੀ ਪੁੱਛਿਆ, ਸਾਡੇ ਨਾਲ ਤਾਂ ਕਦੀ ਇਹੋ ਜਿਹਾ ਸਮਾਂ ਨਹੀਂ ਆਇਆ ਜਦੋਂ ਦਾ ਸਤਿਗੁਰ ਦੇ ਚਰਨਾਂ ਨਾਲ ਲੱਗੇ ਹਾਂ, ਰੋਜ਼ ਤਰੱਕੀਆਂ ਹੀ ਹੁੰਦੀਆਂ, ਹੁਣ ਤਾਂ ਕੱਖਾਂ 'ਚ ਰੁਲ ਗਏ ਹਾਂ। ਜਦੋਂ ਤੁਰੇ ਸਾਂ ਉੱਥੋਂ ਤਾਂ ਮਹਾਰਾਜ ਨੇ ਕੀ ਕਿਹਾ ਸੀ, ਉਹਨੇ ਕਿਹਾ ਕੱਖ ਵੀ ਨਹੀਂ ਦਿੱਤਾ। ਮਹਾਰਾਜ ਨੇ ਐਵੇਂ ਇੱਕ ਅੱਖਰ ਬੋਲ ਛੱਡਿਆ ਵੀ ਤੈਨੂੰ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ। ਤੂੰ ਆਉਂਦਾ ਫੇਰ, ਉਹ ਆਉਂਦਾ ਮੈਨੂੰ ਤਾਂ 500 ਦੁਖਦਾ ਸੀ, ਮੈਂ ਤਾਂ ਰਾਹ ਵਿੱਚ ਕਿਸੇ ਸਿੱਖ ਦੇ ਘਰ ਰਾਤ ਰਿਹਾ, ਉਹਦੇ ਕੋਲ 500 ਲੈ ਕੇ ਅਤੇ ਖੁਸ਼ੀਆਂ ਉਹਨੂੰ ਦੇ ਆਇਆ। ਉਹਨੇ ਕਿਹਾ ਤੇਰਾ ਭਲਾ ਹੋ ਜੇ ਵੱਡੇ ਸਿਆਣੇ ਦਾ, ਉਹ ਗੁਰੂ ਕੀਆਂ ਖੁਸ਼ੀਆਂ ਨਾਲ ਹੀ ਤਾਂ ਸਾਡਾ ਘਰ ਵੱਸਦਾ ਸੀ, ਅਤੇ ਉਹ ਖੁਸ਼ੀਆਂ ਦੇ ਆਇਆ ਅਤੇ ਅਸੀਂ ਤਾਂ ਕੱਖਾਂ 'ਚ ਰੁਲ ਗਏ ਹਾਂ। ਅਤੇ ਉਹਨੇ ਕਿਹਾ ਚੱਲ ਫਿਰ, ਹੁਣ ਉਹ ਜਿਹਦੇ ਕੋਲ ਗਏ ਘੋੜੀਆਂ 'ਤੇ ਚੜ੍ਹੇ ਅਤੇ ਉਹ ਜ਼ਿਮੀਂਦਾਰ ਦੇ ਕੋਲ ਪਹੁੰਚੇ, ਵੇਖਿਆ ਤਾਂ ਕਈ ਕੁਝ ਬਣਿਆ ਹੋਇਆ। ਉਹ ਜਾ ਕੇ ਉਹਨੂੰ ਪੁੱਛਦੇ ਆ ਵੀ ਤੁਹਾਡਾ ਬਰਾਂਡਾ ਇੱਕੋ ਹੀ ਸੀ, ਇੱਕ ਪਾਸੇ ਡੰਗਰ ਬੱਝੇ ਸੀ, ਇੱਕ ਪਾਸੇ ਤੁਸੀਂ ਦਿਆ ਇੰਨਾ ਕੁਝ? ਉਹਨੇ ਕਿਹਾ ਗੁਰੂ ਕੇ ਸਿੱਖਾ, ਤੇਰੀ ਮਿਹਰਬਾਨੀ ਹੋਈ ਆ, ਜਿੱਦਣ ਦੀਆਂ ਗੁਰੂ ਕੀਆਂ ਖੁਸ਼ੀਆਂ ਦੇ ਗਿਆ ਉੱਦਣ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ, ਸੁੱਖ ਸਾਂਭਿਆ ਹੀ ਨਹੀਂ ਜਾ ਰਿਹਾ। ਪਰ ਉਹਦੇ ਪਿਓ ਨੇ ਆਖਿਆ, ਸਰਦਾਰ ਜੀ ਤੁਹਾਡੀਆਂ ਤਾਂ ਲਹਿਰਾਂ ਬਹਿਰਾਂ ਹੋ ਗਈਆਂ ਅਤੇ ਅਸੀਂ ਕੱਖਾਂ 'ਚ ਰੁਲ ਗਏ ਹਾਂ, ਉਹ ਖੁਸ਼ੀਆਂ ਸਾਡੀਆਂ ਸੀ, ਅਤੇ ਅਸੀਂ ਤੁਹਾਨੂੰ 500 ਰੁਪਈਏ ਦਾ ਪ੍ਰਬੰਧ ਕਰਕੇ ਲਿਆਏ ਹਾਂ, ਅਤੇ ਉਹ 500 ਰੁਪਈਆ ਲੈ ਲਓ ਅਤੇ ਖੁਸ਼ੀਆਂ ਸਾਨੂੰ ਵਾਪਸ ਦੇ ਦਿਉ। ਉਹ ਕਹਿੰਦਾ ਵੀ ਖੁਸ਼ੀਆਂ ਨਹੀਂ ਮਿਲਦੀਆਂ, ਮਾਇਆ ਬੜੀ ਪਈ ਆ, ਜੇ ਤੁਹਾਨੂੰ ਕੋਈ ਪਰੇਸ਼ਾਨੀ ਆ ਤਾਂ ਮਾਇਆ ਲੈ ਜਾਓ, ਖੁਸ਼ੀਆਂ ਨਹੀਂ ਮਿਲਦੀਆਂ। ਉਹ ਨਹੀਂ ਮੰਨਿਆ, ਉਹ ਕਿਹਾ ਵੀ ਕਹਿੰਦੇ ਵੀ ਹੁਣ ਪਿੰਡ ਨੂੰ ਕੀ ਕਰਨ ਜਾਣਾ, ਪਿੰਡ 'ਚ ਤਾਂ ਸਾਡਾ ਕੱਖ ਵੀ ਨਹੀਂ, ਲੋਕ ਤਾਂ ਸਾਡੇ ਗਲ ਪੈਂਦੇ ਆ।
हुण गां नूं चल आनंदपुर साहब वल नूं, हुण महाराज दे अगे जाके तरला मिंत करिए। सतगुरु जी बैठे सी, दोवें प्यो पुत आए। महाराज कहिंदे आ, आओ भाई परशोत्तम जी, आप ही पुत्रा हरगोपाल, यह बड़ा सेवादार आ, बड़ी है माया मथा टेकदा। महाराज नूं ओह परशोत्तम कहिंदा, महाराज जी इहदे इसे हंकार नहीं ते लै के बह गया सब कुछ। महाराज आंदे की होया, ओह आंदा जी इदां इदां तुहाडियां खुशियां राह च वेच गया 500 रुपये च। ये कहिंदा वा भी शायद जदों मत्था टेके वापस जाईदा, महाराज कोई झोला नोटां दा फड़ाउंदे, जिहड़ा तुसीं आशीर्वाद दिंदे हो सानूं तुर लगे हां, उहदे विच ही ते सब कुछ हुंदा, इह तुहाडा आशीर्वाद राह च वेच गया ते असीं ते कखां च रुल गए हां। महाराज कहिंदे बंदा सद लैंदे, बंदा सद लिया घोड़ी ते गए उहनूं लियांदा। महाराज कहिंदे सरदार ये भाई सिखा इहनां दीआं खुशियां दे दे, रुपया 500 दिंदे आए। ਉਹ ਕਹਿੰਦਾ ਮਹਾਰਾਜ ਜੀ ਖੁਸ਼ੀਆਂ ਨਹੀਂ ਦੇਣੀਆਂ, ਪੈਸੇ ਜਿੰਨੇ ਮਰਜ਼ੀ ਲੈ ਲੈਣ, ਤੁਹਾਡੀਆਂ ਖੁਸ਼ੀਆਂ ਦੇ ਨਾਲ ਇਕੱਲਾ ਇੱਥੇ ਹੀ ਥੋੜ੍ਹਾ ਸੁੱਖ ਬਣਦਾ, ਤੁਹਾਡੀਆਂ ਖੁਸ਼ੀਆਂ ਦੇ ਨੇ ਮੈਨੂੰ ਸੱਚੀ ਦਰਗਾਹ ਵਿੱਚੋਂ ਵੀ ਲੇਖੇ ਤੋਂ ਛਡਾਉਣਾ ਹੈ। ਦੋਵਾਂ ਜਹਾਨਾਂ ਵਿੱਚ ਖੁਸ਼ੀ ਦੇਣੀ ਹੈ, ਕੋਈ ਇੱਕ ਥਾਂ ਦੀ ਖੁਸ਼ੀ ਦੇਣੀ ਹੈ? ਮੈਂ ਤਾਂ ਕਦੀ ਵੀ ਨਹੀਂ ਦਿੰਦਾ ਖੁਸ਼ੀਆਂ, ਭਾਵੇਂ ਮੇਰਾ ਸਿਰ ਲਾ ਦਿਉ ਤੁਸੀਂ ਵੀ। ਜਦੋਂ ਇੰਨੀ ਗੱਲ ਆਖੀ ਉਹ ਫਿਰ ਰੋਏ ਦੋਵੇਂ ਪਿਓ ਪੁੱਤ, ਵੀ ਹੁਣ ਤਾਂ ਥਾਂ ਹੀ ਕੋਈ ਨਹੀਂ, ਇਹਨੇ ਤਾਂ ਮਹਾਰਾਜ ਦੇ ਸਾਹਮਣੇ ਵੀ ਮੁੱਕਰ ਗਿਆ। ਜਦੋਂ ਬੜਾ ਰੋਏ, ਮਹਾਰਾਜ ਉਹਨਾਂ ਨੂੰ ਚੁੱਪ ਕਰਾ ਕੇ ਕਹਿੰਦੇ ਨੇ, ਭਾਈ ਪੁਰਸ਼ੋਤਮ ਜੀ ਚੁੱਪ ਕਰੋ, ਗੁਰੂ ਨਾਨਕ ਦੇ ਘਰ ਇੰਨੀਆਂ ਕੀ ਖੁਸ਼ੀਆਂ ਨਹੀਂ ਜਿਹੜੀਆਂ ਇੱਕ ਵਾਰੀ ਦਿੱਤੀਆਂ ਅਤੇ ਬਾਕੀ ਮੁੱਕ ਗਈਆਂ ਨੇ। ਤੁਹਾਨੂੰ ਸਭ ਕੁਝ ਦੇਵਾਂਗੇ, ਅੱਗੇ ਤੋਂ ਵੀ ਕਈ ਗੁਣਾ ਵੱਧ ਦੇਵਾਂਗੇ, ਪਰ ਇਹਨੂੰ ਆਪਣੇ ਪੁੱਤ ਨੂੰ ਕਹੋ ਵੀ ਤੇਰੇ ਪੈਸਿਆਂ ਨਾਲ ਗੁਰੂ ਨਾਨਕ ਦਾ ਘਰ ਨਹੀਂ ਚੱਲ ਰਿਹਾ, ਤੇਰੇ ਪੈਸਿਆਂ ਨਾਲ ਗੁਰੂ ਨਾਨਕ ਦਾ ਲੰਗਰ, ਤੇਰੇ ਪੈਸਿਆਂ ਨਾਲ ਗੁਰੂ ਨਾਨਕ ਦੇ ਘਰ ਘੋੜੇ ਨਹੀਂ ਆ ਰਹੇ, ਹਸਤਸ਼ਸਤਰ ਨਹੀਂ ਆ ਰਹੇ। ਮਹਾਰਾਜ ਕਹਿੰਦੇ ਨੇ ਇਹ ਤਾਂ ਤਿਲ ਫੁੱਲ ਇਸ ਕਰਕੇ ਦਿੰਦੇ ਹਾਂ ਵੀ ਆਪਣੇ ਕੀਤੇ ਹੋਏ ਕਰਮਾਂ ਦੀ ਕਿਤੇ ਮਾਰ ਨਾ ਪਵੇ, ਬਿਪਤਾ ਤੋਂ ਬਚ ਜਾਈਏ, ਦੁੱਖ ਬਿਮਾਰੀ ਤੋਂ ਬਚ ਜਾਈਏ। ਮਹਾਰਾਜ ਕਹਿੰਦੇ ਨੇ ਤੇਰੇ ਪੈਸਿਆਂ ਦੇ ਨਾਲ ਸਭ ਕੁਝ ਚੱਲਦਾ, ਤੂੰ ਕਹਿੰਦਾ ਸਾਂ ਗੁਰੂ ਨੇ ਦਿੱਤਾ ਹੀ ਕੱਖ ਨਹੀਂ। ਉਹ ਤਾਂ ਪਿਓ ਨੇ ਫਿਰ ਆਖਿਆ, ਮਹਾਰਾਜ ਜੀ ਸਾਨੂੰ ਹੁਣ ਹੋਰ ਨਾ ਮਾਰੋ ਅਤੇ ਸਾਨੂੰ ਬਖਸ਼ੋ। ਗਰੀਬ ਨਿਵਾਜ ਜੀ ਕਹਿੰਦੇ ਨੇ ਠੀਕ ਆ, ਬਹੁਤ ਕੁਝ ਆ ਮਹਾਰਾਜ ਦੇ ਘਰ, ਸਭ ਨੇ ਦਹਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਅੱਗੇ ਵਰਗੀਆਂ ਹੀ ਅੱਗੇ ਤੋਂ ਦੂਣ ਸਵਾਈਆਂ ਖੁਸ਼ੀਆਂ, ਜਾਓ ਉਸੇ ਤਰ੍ਹਾਂ ਲਹਿਰਾਂ ਬਹਿਰਾਂ ਹੋਣਗੀਆਂ। ਉਹ ਗਏ ਜਿਹੜੇ ਕਾਰੋਬਾਰ ਵਪਾਰ ਥਾਂ ਚਲ ਗਏ ਸੀ ਗੁਰੂ ਕੇ ਇੱਕ ਬਚਨ ਦੇ ਨਾਲ, ਅੱਗੇ ਨਾਲੋਂ ਵੀ ਦੂਣ ਸਵਾਏ ਕਾਰੋਬਾਰ, ਤੰਦਰੁਸਤੀਆਂ ਵੀ ਆ ਗਈਆਂ, ਬਿਮਾਰੀਆਂ ਚਲੀਆਂ ਗਈਆਂ, ਫਸਲਾਂ ਵੀ ਠੀਕ, ਲਵੇਰੇ ਵੀ ਠੀਕ। ਕਾਹਦੇ ਕਰਕੇ? ਮਹਾਰਾਜ ਕਹਿੰਦੇ ਨੇ ਸੁੱਖ ਸਾਗਰ ਗੁਰ ਪਾਇਆ, ਜਿਨ੍ਹਾਂ ਦਾ ਸੰਬੰਧ ਇਸ ਸਮੁੰਦਰ ਦੇ ਨਾਲ ਵਾ, ਜਿਸ ਸਮੁੰਦਰ ਦੇ ਵਿੱਚ ਪਾਣੀ ਨਹੀਂ, ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਜਿਨ੍ਹਾਂ ਦਾ ਸੰਬੰਧ ਇਸ ਗੁਰੂ ਸਮੁੰਦਰ ਸੁੱਖਾਂ ਦੇ ਸਾਗਰ ਦੇ ਨਾਲ ਬਣ ਗਿਆ। ਮਹਾਰਾਜ ਕਹਿੰਦੇ ਨੇ ਉਹਨਾਂ ਦੀ ਅੱਗੇ ਅਵਸਥਾ ਦੱਸ ਰਹੇ ਹਨ। ਜਿਹੜੇ ਇਸ ਸੁੱਖਾਂ ਦੇ ਸਾਗਰ ਗੁਰੂ ਨਾਲ ਜੁੜ ਗਏ ਨੇ ਉਹਨਾਂ ਦੀਆਂ ਚਿੰਤਾ ਮਿਟਾ ਦਿੰਦੇ ਨੇ ਮਹਾਰਾਜ, ਉਹਨਾਂ ਨੂੰ ਚਿੰਤਾ ਨਹੀਂ ਰਹਿਣ ਦਿੰਦੇ, ਬਿਲਕੁਲ ਹਰ ਪ੍ਰਕਾਰ ਦੀਆਂ ਖੁਸ਼ੀਆਂ ਦਿੰਦੇ ਹਨ। ਇਹ ਜੋ ਗੁਰੂ ਸਾਹਿਬ ਨਾਮ ਜਪਾਉਂਦੇ ਨੇ, ਇਸ ਨਾਮ ਦੀ ਵਡਿਆਈ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਘਰਾਂ ਵਿੱਚ ਸੁੱਖ ਆਨੰਦ, ਸਮਾਜ ਵਿੱਚ ਇੱਜ਼ਤ ਅਤੇ ਸਤਿਕਾਰ, ਜਿਹੜੇ ਕੰਮ ਨੂੰ ਜਾਣਾ ਉਹ ਕੰਮ ਵੀ ਹੋ ਜਾਣੇ, ਇਹ ਨਾਮ ਦੀ ਉਪਮਾ ਹੈ ਜੀ। ਔਰ 8 ਪੈਰ ਨਾਮ ਜਪਣ ਦੀ ਵਡਿਆਈ ਜਿਨ੍ਹਾਂ ਨੂੰ ਮਿਲ ਜਾਏ ਉਹ ਕੌਣ ਦਿੰਦਾ ਹੈ ਜੀ? ਅੱਠੇ ਪੈਰ ਨਾਮ ਜਪਣ ਦੀ ਵਡਿਆਈ ਵੀ ਗੁਰੂ ਕੀ ਕਿਰਪਾ ਨਾਲ ਹੀ ਮਿਲਦੀ, ਉੱਦਾਂ ਕੋਈ ਨਹੀਂ ਜਪ ਸਕਦਾ। ਘੜੀ ਦੀ ਘੜੀ ਬਹਿ ਕੇ ਵਾਹਿਗੁਰੂ ਵਾਹਿਗੁਰੂ ਦਾ ਜਪ ਸ਼ੁਰੂ ਕਰੀਏ, ਮਨ ਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਦੌੜ ਜਾਂਦਾ ਹੈ। ਜਿਹਨੂੰ ਸੁਣਾਉਣਾ ਹੈ ਉਹ ਸੁਣਦਾ ਹੀ ਨਹੀਂ, ਅਤੇ ਇਹ ਜਿਹੜੀ ਸਰੀਰ ਦੀ ਪ੍ਰਕਿਰਿਆ ਹੈ ਇਹ ਇੱਦਾਂ ਚੱਲਦੀ ਰਹਿੰਦੀ ਜਿੱਦਾਂ ਇੱਕ ਐਕਸਰਸਾਈਜ਼ ਚੱਲ ਰਹੀ ਹੈ। ਮੂੰਹ ਵੀ ਚੱਲੀ ਜਾਂਦਾ ਹੈ, ਆਵਾਜ਼ ਵੀ ਆਈ ਜਾਂਦੀ ਹੈ, ਸੁਣਨ ਵਾਲਾ ਵਿੱਚੋਂ ਸੁਣਦਾ ਹੀ ਨਹੀਂ। ਉਹ ਤਾਂ ਕਿਰਪਾ ਕਰੇ ਅਤੇ ਤਾਂ ਵਾ, ਜਿਹਨੂੰ ਪਹਿਲੀ ਪੰਕਤੀ ਵਿੱਚ ਮਹਾਰਾਜ ਨੇ ਆਖਿਆ ਸੀ ਕਿ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਇਹ ਤੇਰੀ ਸੇਵਾ ਦੇ ਵਿੱਚੋਂ ਜਿਹੜੇ ਮਹਾਨ ਸੁੱਖ ਮਿਲਦੇ ਨੇ, ਤੇਰੀ ਸੇਵਾ ਕਰ ਵੀ ਉਹ ਹੀ ਬੰਦਾ ਸਕਦਾ ਜਿਹਦੇ ਕੋਲੋਂ ਤੂੰ ਕਰਾਏਗਾ। ਮਹਾਰਾਜ ਕਹਿੰਦੇ ਨੇ ਕਈ ਤਰ੍ਹਾਂ ਦੇ ਜੀਅ ਸਾਜੇ ਹੋਏ ਆ ਪਰਮੇਸ਼ਰ ਨੇ, ਇੱਕ ਉਹ ਲੋਕ ਨੇ ਦੁਖੀ ਵੀ ਨੇ ਪਰੇਸ਼ਾਨ ਵੀ ਨੇ, ਪਰ ਉਹ ਕਦੀ ਸੰਗਤ ਵਿੱਚ ਨਹੀਂ ਆਉਣਗੇ, ਉਹ ਕਦੀ ਗੁਰੂ ਕੀ ਬਾਣੀ ਨਹੀਂ ਪੜ੍ਹਨਗੇ,
ਉਹ ਕਦੀ ਭੁੱਲ ਕੇ ਵੀ ਇੱਥੇ ਚੌਂਕੜਾ ਮਾਰ ਕੇ ਨਹੀਂ ਬਹਿਣਗੇ ਅਤੇ ਨਾ ਕਦੀ ਸਵੇਰੇ ਮਹਾਰਾਜ ਦਾ ਦਰਸ਼ਨ ਕਰਨ ਆਉਣਗੇ। ਉਂਝ ਦੁਖੀ ਰਹਿਣਗੇ, ਜਿੱਥੇ ਬਹਿਣਗੇ ਆਪਣਾ ਦੁੱਖ ਸੁਣਾਉਂਦੇ ਰਹਿਣਗੇ। ਪਤਾ ਕਿਉਂ ਇੱਦਾਂ ਕਰਦੇ ਆ? ਬਾਰੇ ਕਹਿੰਦੇ ਉਹਨਾਂ ਦੇ ਵੱਸ ਦੀ ਗੱਲ ਨਹੀਂ ਗੀ, ਪਿਛਲੇ ਜਨਮ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਕਰਕੇ ਪਰਮਾਤਮਾ ਨੇ ਉਹਨਾਂ ਦਾ ਲੇਖ ਹੀ ਇੱਦਾਂ ਦਾ ਲਿਖ ਦਿੱਤਾ ਵੀ ਇਹ ਦੁਖੀ ਵੀ ਰਹਿਣਗੇ ਅਤੇ ਜਿੱਥੇ ਜਾ ਕੇ ਦੁੱਖ ਮਿਟਦਾ ਸੰਗਤ ਵਿੱਚ ਉੱਥੇ ਕਦੀ ਜਾ ਕੇ ਬਹਿਣਗੇ ਵੀ ਨਹੀਂ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਲਮ ਨਾਲ ਇਹ ਲਿਖਿਆ ਹੋਇਆ। ਮਹਾਰਾਜ ਕਹਿੰਦੇ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁੱਖ। ਕਈਆਂ ਦੇ ਭਾਗਾਂ ਵਿੱਚ ਹੀ ਲਿਖਿਆ ਹੋਇਆ ਵੀ ਜਿੱਥੇ ਬਹਿਣਗੇ ਰੋਂਦੇ ਹੀ ਰਹਿਣਗੇ, ਰੋਂਦੇ ਹੀ ਰਹਿਣਗੇ। ਅਤੇ ਜਿੱਥੋਂ ਹਾਸੇ ਮਿਲਦੇ ਨੇ, ਜਿੱਥੋਂ ਆਨੰਦ ਮਿਲਦੇ ਨੇ, ਉਸ ਘਰ ਨੂੰ ਕਦੀ ਜਾਣਗੇ ਹੀ ਨਹੀਂ। ਉਹ ਘਰ ਹੈ ਤੇਰਾ ਘਰ ਆਨੰਦ ਵਧਾਈ ਤੁਧ ਘਰ, ਇਸ ਘਰ ਵਿੱਚ ਉਹ ਕਦੀ ਨਹੀਂ ਆਉਣਗੇ। ਅਤੇ ਦੂਜੀ ਤਰ੍ਹਾਂ ਦੇ ਲੋਕ ਹੈਗੇ ਨੇ ਜਿਹੜੇ ਆ ਜਾਂਦੇ ਨੇ ਪਰ ਉਹਨਾਂ ਨੂੰ ਗੁਰੂ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹ ਆਪਣੇ ਮਤਲਬ ਸਿੱਧ ਕਰਾਉਣ ਵਾਸਤੇ, ਆਪਣੇ ਕੰਮ ਕਢਾਉਣ ਵਾਸਤੇ ਆਉਂਦੇ, ਅਤੇ ਮਹਾਰਾਜ ਕਹਿੰਦੇ ਮੈਂ ਉਹਨਾਂ ਨੂੰ ਵੀ ਜਾਣਨਾ ਵੀ ਇਹ ਮੁਸ਼ਕਲ ਪਈ ਆ ਅਤੇ 6 ਮਹੀਨਿਆਂ ਬਾਅਦ ਆ ਗਏ ਨੇ। ਜਿੱਦਣ ਇਹਨਾਂ ਦਾ ਕੰਮ ਹੋ ਗਿਆ ਇਹਨਾਂ ਫਿਰ ਨਹੀਂ ਕਦੀ ਮੂੰਹ ਵਿਖਾਉਣਾ। ਉਹਨਾਂ ਦਾ ਆਇਆ ਹੋਇਆ ਵੀ ਮਹਾਰਾਜ ਨੇ ਬਾਣੀ ਵਿੱਚ ਲਿਖ ਦਿੱਤਾ। ਗਰੀਬ ਨਿਵਾਸ ਜੀ ਕਹਿੰਦੇ ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੈ ਜਿਉਂ ਬਗਲ ਸਮਾਧ ਲਗਾਈਐ। ਇੱਕ ਆਪਣੇ ਮਤਲਬ ਨੂੰ ਲੋਕ ਆ ਜਾਂਦੇ ਨੇ ਕੰਮ ਧੰਦਾ ਕਰਾਉਣ, ਅਤੇ ਮਹਾਰਾਜ ਕਹਿੰਦੇ ਨੇ ਅੱਖਾਂ ਮੀਟ ਕੇ ਬਹਿ ਜਾਂਦੇ ਜਿੱਦਾਂ ਬਗਲੇ ਨੇ ਸਮਾਧੀ ਲਾਈ। ਔਰ ਉਹ ਫਿਰ ਕੀ ਕਰਦੇ ਨੇ? ਬਗਲਾ ਕਾਗ ਨੀਚ ਕੀ ਸੰਗਤ ਜਾਏ ਕੁਰੰਗ ਬਿਖੂ ਮੁਖ ਲਾਈਐ। ਇੱਥੇ ਜਾਪਦੇ ਵੀ ਬੜੇ ਭਲੇ ਮਨਸ ਬਣ ਗਏ ਆ, ਬਾਹਰ ਜਾ ਕੇ ਮਹਾਰਾਜ ਕਹਿੰਦੇ ਕੋਈ ਰੇਹੜੀਆਂ ਤੋਂ ਮਾਸ ਖਾਂਦਾ ਫਿਰਦਾ, ਕੋਈ ਆਂਡੇ ਖਾਂਦਾ ਫਿਰਦਾ, ਕੋਈ ਸ਼ਰਾਬਾਂ ਪੀਂਦਾ ਫਿਰਦਾ। ਇੱਥੇ ਕਹਿੰਦੇ ਅਸੀਂ ਤੇਰੇ ਹਾਂ, ਅਸੀਂ ਤੇਰੇ ਹਾਂ, ਅਸੀਂ ਤੇਰੇ ਹਾਂ, ਸਾਡਾ ਕੰਮ ਕਰਦੇ ਕੰਮ ਕਰਦੇ, ਆਪਣਾ ਮਸਲਾ ਹੱਲ ਕਰਾ ਕੇ। ਅਤੇ ਮਹਾਰਾਜ ਕਹਿੰਦੇ ਫਿਰ ਜਿਵੇਂ ਕਾਂ ਰੂੜੀਆਂ ਫੁੱਲਦੇ ਆ, ਇਹ ਜਾ ਕੇ ਤਾਂ ਫਿਰ ਇਹਨਾਂ ਚੀਜ਼ਾਂ 'ਚ ਮੂੰਹ ਮਾਰਦੇ ਫਿਰਦੇ। ਗਰੀਬ ਨਿਵਾਸ ਪਾਤਸ਼ਾਹ ਜੀ ਕਹਿੰਦੇ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁੱਖ। ਪਰ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੈ ਸੋ ਥੀਐ। ਨਾਨਕ ਕਿਆ ਮਨੁੱਖ, ਇਹ ਬੰਦੇ ਵਿਚਾਰੇ ਕੀ ਨੇ, ਇਹਨਾਂ ਦੇ ਵੱਸ ਦੀ ਗੱਲ ਨਹੀਂ ਗੀ। ਪਰਮੇਸ਼ਰ ਨੇ ਇਹਨਾਂ ਦਾ ਕਰਮ ਹੀ ਇੱਦਾਂ ਦਾ ਲਿਖ ਦਿੱਤਾ ਵਾ, ਅਤੇ ਉਹ ਕਰਮ ਇਹਨਾਂ ਨੂੰ ਪ੍ਰੇਰਣਾ ਦਿੰਦਾ ਨਾ ਜਿੱਦਾਂ ਦਾ ਉੱਦਾਂ ਦੇ ਲੋਕ ਕੰਮ ਕਰੀ ਜਾਂਦੇ ਨੇ, ਨਹੀਂ ਤਾਂ ਕੌਣ ਕਹਿੰਦਾ ਮੇਰੇ ਨਾਲ ਮਾੜਾ ਹੋਵੇ। ਤਾਂ ਫਿਰ ਤੁਹਾਡੀ ਸਿਫਤ ਕਰਦਿਆਂ ਮਹਾਰਾਜ ਨੇ ਆਖਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ। ਸਭ ਤੋਂ ਚੰਗੇ ਆਹ ਸਿੱਖ ਨੇ ਜਿਹੜੇ ਸਵੇਰੇ ਆਣ ਕੇ ਗੁਰੂ ਦੇ ਚਰਨਾਂ 'ਚ ਆਪਣਾ ਮੱਥਾ ਰੱਖ ਕੇ, ਮੱਥਾ ਟੇਕ ਕੇ ਆਪਣੀ ਰਸਨਾ ਤੋਂ ਜਪਦੇ ਆ ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਅੱਠੇ ਪੈਰ ਨਾਮ ਜਪਣ ਦੀ ਵਡਿਆਈ ਗੁਰੂ ਨੇ ਦਿੱਤੀ ਹੈ, ਅਤੇ ਇਹ ਗੁਰੂ ਨੇ ਸਾਰਿਆਂ ਨੂੰ ਨਹੀਂ ਦਿੱਤੀ ਹੋਈ। ਤੁਹਾਡਾ ਕੋਈ ਕਰਮ ਚੰਗਾ ਸੀ, ਤੁਸੀਂ ਆਏ। ਮੈਂ ਰਾਤੀ ਵੀ ਨਾਨਕਪੁਰੀ ਗੁਰਦੁਆਰਾ ਸਾਹਿਬ ਇਹੋ ਹੀ ਵਿਚਾਰ ਚੱਲ ਰਹੀ ਸੀ, ਕਿੰਨੀ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਆ, ਬਹੁਤ ਜ਼ਿਆਦਾ ਲੋਕ ਆਉਂਦੇ ਨੇ, ਔਰ ਜਿੰਨੇ ਇੱਥੋਂ ਆਉਂਦੇ ਇਹਦੇ ਨਾਲੋਂ ਵੱਧ ਲੰਗਰ ਵਿੱਚ ਆਉਂਦੇ। ਉਹ ਜਿਹੜੇ ਲੰਗਰ ਵਿੱਚ ਵੀਰ ਆਉਂਦੇ ਨੇ ਉਹਨਾਂ ਦਾ ਕੋਈ ਕਰਮ ਇੱਦਾਂ ਦਾ ਮਹਾਰਾਜ ਨੇ ਲਿਖਿਆ ਹੋਇਆ? ਉਹਨਾਂ ਨੇ ਪਰਲੇ ਗੇਟ ਆਉਣਾ, ਤਿੰਨੇ ਟਾਈਮ ਪ੍ਰਸ਼ਾਦਾ ਚਾਹ ਲੱਸੀ ਪਾਣੀ ਛੱਕ ਕੇ, ਅਤੇ ਆਹ ਸਾਰੀਆਂ ਗਰਮੀਆਂ ਵੇਖਿਆ ਮਹੰਤਾਂ ਦੀ ਬੰਬੀ ਦੇ ਆਲੇ ਦੁਆਲੇ ਲੰਮੇ ਪਏ ਰਹੇ। ਉਹਨਾਂ ਦਾ ਗੁਰੂ ਨਾਲ ਕੋਈ ਮਤਲਬ ਨਹੀਂ, ਅਤੇ ਕੋਈ ਵੀ ਨਹੀਂ ਚਾਹੁੰਦਾ ਵੀ ਅਸੀਂ ਉਹਨਾਂ ਨੇ ਕੋਈ ਕਿਰਤ ਵਿਹਾਰ ਵੀ ਨਹੀਂ ਕਰਨਾ, ਕੁਛ ਨਹੀਂ ਕਰਨਾ। ਉੱਠੇ ਤਾਂ ਲੰਗਰ 'ਚੋਂ ਪ੍ਰਸ਼ਾਦਾ ਛਕਿਆ, ਜੇ ਕੱਪੜੇ ਪਾਟ ਕੇ ਅਤੇ ਕਿਸੇ ਕੋ ਮੰਗ ਕੇ ਖਾ ਲਏ, ਉਹ ਕੀ ਆ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਪਿਛਲੀ ਵਾਰੀ ਵੀ ਮਨੁੱਖਾ ਜਨਮ ਮਿਲਿਆ ਸੀ ਅਤੇ ਇਹਨਾਂ ਨੇ ਕੋਈ ਕਰਮ ਨਹੀਂ ਕੀਤਾ ਚੱਜ ਦਾ। ਇਹਨਾਂ ਦੇ ਭਾਗਾਂ 'ਚ ਲਿਖਿਆ ਵਾ ਵੀ ਇਹ ਦੁਖੀ ਰਹਿਣਗੇ, ਰੋਂਦੇ ਰਹਿਣਗੇ, ਪਰੇਸ਼ਾਨ ਰਹਿਣਗੇ। ਅਤੇ ਤੁਹਾਡੇ ਭਾਗਾਂ ਵਿੱਚ ਲਿਖਿਆ ਹੋਇਆ ਅਸਲੀ ਸੱਚਾ ਸੁੱਖ ਤੁਸੀਂ ਮਹਾਰਾਜ ਦੇ ਚਰਨਾਂ 'ਚ ਆ ਕੇ ਬਹਿ ਕੇ ਜਪਦੇ ਹੋ। ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਨੂੰ ਫਿਰ ਇਹ ਦਾਤ ਪ੍ਰਾਪਤ ਹੋ ਗਈ ਉਹ ਕੀ ਕਰਦੇ ਆ ਸਤਿਗੁਰਾਂ ਦੇ ਘਰ ਆਣ ਕੇ? ਨਾ ਤਾਂ ਉਹ ਆਪਣੇ ਮਤਲਬ ਨੂੰ ਸਿੱਧ ਕਰਾਉਣ ਵਾਸਤੇ ਆਉਂਦੇ ਆ, ਨਾ ਉਹ ਇੱਧਰ ਉੱਧਰ ਫਿਰਨ ਆਉਂਦੇ। ਉਹਨਾਂ ਦਾ ਮਸਲਾ ਇਹ ਹੁੰਦਾ ਵੀ ਮਹਾਰਾਜ ਇਹ ਮਨੁੱਖਾ ਜਨਮ ਬੜਾ ਔਖਾ ਮਿਲਿਆ, ਕਿਰਪਾ ਕਰੋ ਇਹ ਤੁਹਾਡੇ ਚਰਨਾਂ ਨਾਲ ਹੀ ਜੁੜਿਆ ਹੋਇਆ ਸਾਡੀ ਉਮਰ ਪੂਰੀ ਹੋ ਜਾਵੇ, ਅੰਤਲੇ ਸਵਾਸ ਤੱਕ ਤੁਹਾਡੀ ਯਾਦ ਬਣੀ ਰਹੇ। ਜੇ ਸੰਗਤ ਵਿੱਚ ਹੋਵਾਂ ਤਾਂ ਕੰਨਾਂ ਨਾਲ ਤੁਹਾਡੀ ਸਿਫਤ ਸੁਣਾ,
जे बाहर जावां ते तुहाडियां सिफतां नूं चेते कर करके ते तुहाडा नाम जपदे रहीए। ये सच्चे ते सुचे जिहड़े प्रेमी सरधालू ने उहनां दी ये मंग हुंदी आ। उहनां नूं फिर महाराज की दिंदे ने, गरीब नवाजी दस रहे हन, रहाउ प्रभु की अकथ कहानी। महाराज कहिंदे ने रब की कथा कौन कर सकता, रब दियां सिफतां पूरियां कौन कर सकता, किसी नूं पता ही नहीं। गुरु ग्रंथ साहिब जी विच महाराज दे अंदर बोल ने, महाराज कहिंदे ने हनुमान सर गरुड़ समाना, सेख नाग नहीं गुर जाना। सेख नाग जिहदे 100 मूँह ने ते हर मूँह दे विच दो दो जबाना पाइया हुई ने। महाराज कहिंदे ने इन्नियां जबाना दे नाल वक्रे वक्रे नाम लै लै के ते वाहिगुरु करते पुरख की उस्तत करदा, ते अजे तक सेख नाग नूं वी नहीं पता लगा भी परमात्मा किड्डा वड्डा, उहदे गुणां दा उह अंत नहीं पा सकिया। बड़े बड़े बली होए जिन्हां दा हनुमान वर्गियां दा बड़िया दा नाम लिखिया होया। कबीर साहब जी महाराज ने, कबीर साहब जी कहिंदे ने, कहो कबीर सो भरमै नाहीं, पग लग राम रह सरणाही। ਉਹ ਬੰਦਾ ਕਦੀ ਭਰਮ ਵਿੱਚ ਨਹੀਂ ਪੈਂਦਾ, ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਹੜੇ ਜਿਹੜਾ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ। ਉਹ ਕਹਿੰਦਾ ਵਾ ਵੀ ਮੈਂ ਤੇਰੀ ਅੰਤ ਪਾਉਣ ਵਾਲੇ ਪਾਸੇ ਜਾਊਂਗਾ ਅਤੇ ਮੇਰਾ ਹੀ ਅੰਤ ਹੋ ਜਾਣਾ। ਇਹਦੇ ਨਾਲੋਂ ਚੰਗਾ ਵਾ ਵੀ ਤੂੰ ਮੈਨੂੰ ਆਪਣੀ ਸਿਫਤ ਸਲਾਹ ਦੇ। ਅਤੇ ਫਿਰ ਮਾਰੇ ਕੀ ਕਰਦੇ ਆ, ਪ੍ਰਭ ਕੀ ਅਕਥ ਕਹਾਣੀ, ਆਪਣੇ ਗੁਰਸਿੱਖਾਂ ਨੂੰ ਸਮਝਾ ਦਿੰਦੇ ਨੇ ਵੀ ਜਿੱਦਾਂ ਉਹ ਵੱਡੇ ਵੱਡੇ ਦੇਵੀ ਦੇਵਤੇ ਜਾਂ ਹੋਰ ਅਵਤਾਰ ਪੈਗੰਬਰ ਕੁਛ ਕੁਛ ਇੱਦਾਂ ਦੇ ਹੋਏ ਜਿਹੜੇ ਰੱਬ ਦਾ ਅੰਤ ਪਾਉਣ ਤੁਰੇ, ਪਰ ਉਹਨਾਂ ਦਾ ਅੰਤ ਨਹੀਂ ਕੋਈ ਵੀ ਪਾ ਸਕਿਆ। ਤੁਸੀਂ ਇਹ ਕੰਮ ਨਹੀਂ ਕਰਨਾ, ਕਿਉਂਕਿ ਰੱਬ ਅਕਥ ਹੈ, ਉਹ ਕਥਿਆ ਨਹੀਂ ਜਾ ਸਕਦਾ। ਬੋਲ ਕੇ ਉਹਦੀਆਂ ਗੁਣ ਵਡਿਆਈਆਂ ਪੂਰੀਆਂ ਨਹੀਂ ਕੋਈ ਵੀ ਕਰ ਸਕਦਾ। ਪਰ ਜਿਹੜੇ ਗੁਰੂ ਕੇ ਜਨ ਨੇ, ਜਨ ਦਾ ਭਾਵ ਹੈ ਗੁਰੂ ਕੇ ਪਿਆਰੇ ਪ੍ਰੇਮੀ ਸਰਧਾਲੂ ਲੋਕ ਜਿਹੜੇ ਆਉਂਦੇ ਨੇ, ਉਹ ਫਿਰ ਕੀ ਕਰਦੇ ਆ, ਉਹ ਗੁਰੂ ਕੀ ਬਾਣੀ ਦੇ ਰਾਹੀਂ ਕਰਤੇ ਪੁਰਖ ਦੀਆਂ ਸਿਫਤਾਂ ਕਰਦੇ ਆ, ਉਹਦੀਆਂ ਵਡਿਆਈਆਂ, ਗੁਰੂ ਕੀਆਂ ਵਡਿਆਈਆਂ। ਇਹ ਗੁਰੂ ਸਾਹਿਬ ਜੀ ਵੱਲੋਂ ਉਹਨਾਂ ਨੂੰ ਦਾਤ ਮਿਲ ਜਾਂਦੀ ਹੈ ਜੀ। ਨਾਨਕ ਦਾਸ ਵਿਖਾਣੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਜਿੰਨੇ ਵੀ ਬਚਨ ਨੇ, ਵਾਹਿਗੁਰੂ ਕਰਤੇ ਪੁਰਖ ਦੀ ਸਿਫਤ ਕਰਨੀ, ਰਹਿਤ ਮਰਜ਼ਾਦਾ ਰੱਖਣੀ, ਨਾਮ ਜਪਣਾ, ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਣਾ, ਕੋਈ ਕੱਚਾ ਕਰਮ ਕਾਂਡ ਨਹੀਂ ਕਰਨਾ, ਇਹ ਜਿੰਨੀਆਂ ਵੀ ਅਕਲਾਂ ਮਿਲਦੀਆਂ ਨੇ, ਪਤਾ ਇਹ ਅਕਲਾਂ ਕਿੱਥੋਂ ਮਿਲਦੀਆਂ ਨੇ? ਮਹਾਰਾਜ ਅੰਤਲੀ ਪੰਕਤੀ 'ਚ ਦੱਸ ਰਹੇ ਹਨ, ਗੁਰਪੂਰੇ ਤੇ ਜਾਣੀ। ਇਹ ਸਾਰੀਆਂ ਹੀ ਅਕਲਾਂ ਪੂਰੇ ਗੁਰੂ ਦੇ ਘਰੋਂ ਮਿਲਦੀਆਂ ਨੇ। ਅਧੂਰਾ ਬੰਦਾ ਇਹੋ ਜਿਹੀ ਗੱਲ ਕਦੀ ਕਰ ਹੀ ਨਹੀਂ ਸਕਦਾ। ਅਧੂਰੇ ਬੰਦੇ ਨੇ ਤਾਂ ਇਹ ਕਹਿਣਾ, ਮੈਂ ਇਸ ਚੀਜ਼ ਨੂੰ ਹੱਥ ਲਾਤਾ ਆਹ ਲੈ ਜਾਓ, ਮੈਂ ਇਹਨੂੰ ਹੱਥ ਲਾਤਾ ਆਹ ਲੈ ਜਾਓ, ਮੈਂ ਇਉਂ ਕਰ ਦਿਆਂਗਾ। ਮਹਾਰਾਜ ਕਹਿੰਦੇ ਨੇ ਨਹੀਂ, ਕਿਸੇ ਨੇ ਵੀ ਤੁਹਾਡਾ ਕੱਖ ਨਹੀਂ ਕਰਨਾ। ਮਹਾਰਾਜ ਕਹਿੰਦੇ ਨੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਕਿਉਂ ਆਪਣੇ ਹੱਥੀਂ ਸਵਾਰਨਾ? ਕਿਉਂਕਿ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪਰੇਸ਼ਾਨੀਆਂ ਪਈਆਂ ਨੇ ਉਹ ਤੇਰੀਆਂ ਆਪਣੀਆਂ ਸਹੇੜੀਆਂ ਹੋਈਆਂ ਨੇ। ਤੂੰ ਕਰਮ ਕੀਤਾ ਸੀ ਅਤੇ ਉਸ ਕਰਮ ਦੇ ਕਰਕੇ ਤੈਨੂੰ ਇਹ ਥੋੜਾਂ ਪਈਆਂ ਰਹਿੰਦੀਆਂ, ਕੋਈ ਨਾ ਕੋਈ ਪਰੇਸ਼ਾਨੀ ਤੇਰੇ ਸਾਹਮਣੇ ਆ ਜਾਂਦੀ। ਹੁਣ ਜਿਹੜਾ ਕਰਮ ਕਰਕੇ ਤੂੰ ਹੱਥੀਂ ਅਤੇ ਹੁਣ ਫਸਿਆ ਹੋਇਆ ਨਾ, ਹੁਣ ਆਪੇ ਹੀ ਕਰ ਅਤੇ ਇਹਦੇ ਵਿੱਚੋਂ ਛੁੱਟ, ਦੂਜਾ ਬੰਦਾ ਕੋ ਤੈਨੂੰ ਛੁਡਾ ਨਹੀਂ ਸਕਦਾ। ਅਤੇ ਕਿੱਦਾਂ ਛੁੱਟਣਾ ਹੈ? ਮਹਾਰਾਜ ਕਹਿੰਦੇ ਨੇ ਪ੍ਰਭਾਤੇ ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਕਾੜਾ ਤੁਝੇ ਨਾ ਵਿਆ ਪਈ। ਕਾੜਾ ਕਹਿੰਦੇ ਨੇ ਚਿੰਤਾ ਨੂੰ, ਸਾਰੀ ਦੁਨੀਆ ਨੂੰ ਚਿੰਤਾ ਦਾ ਰੋਗ ਲੱਗਾ ਹੋਇਆ, ਹਰ ਬੰਦੇ ਨੂੰ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਵਾ। ਕਿਸੇ ਨੂੰ ਪੈਸੇ ਦੀ ਚਿੰਤਾ, ਕਿਸੇ ਦਾ ਸਰੀਰ ਨਹੀਂ ਤੰਦਰੁਸਤ ਉਹਨੂੰ ਇਹ ਚਿੰਤਾ, ਕਿਸੇ ਦੇ ਨਿਆਣੇ ਆਖੇ ਨਹੀਂ ਲੱਗਦੇ ਇਹ ਚਿੰਤਾ, ਕਿਸੇ ਦੇ ਘਰ 'ਚ ਕਲਾ ਵਾ ਇਹ ਚਿੰਤਾ, ਕਿਸੇ ਦਾ ਕੁਛ 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 ਕਈ ਤਰ੍ਹਾਂ ਦੀਆਂ ਚਿੰਤਾ। ਪਰ ਮਹਾਰਾਜ ਕਹਿੰਦੇ ਨੇ ਇਹਨਾਂ ਸਾਰੀਆਂ ਚਿੰਤਾਵਾਂ ਦਾ ਹੱਲ ਇੱਕੋ ਹੀ ਆ ਕਿ ਪ੍ਰਭਾਤੇ ਉੱਠ ਨਾਮ ਜਪ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਤੇ ਆਪਣੀ ਰਸਨਾ ਤੋਂ ਗੁਰਮੰਤਰ ਦਾ ਉਚਾਰਨ ਕਰਿਆ ਕਰ। ਕੀ ਹੋਊਗਾ? ਨਿਸ ਬਾਸੁਰ ਆਰਾਧ, ਨਿਸ ਕਹਿੰਦੇ ਨੇ ਰਾਤ ਨੂੰ, ਬਾਸੁਰ ਕਹਿੰਦੇ ਨੇ ਦਿਨ ਨੂੰ, ਦਿਨ ਰਾਤ ਆਪਣੇ ਗੁਰੂ ਦਾ ਚੇਤਾ ਰੱਖ। ਗੱਲ ਗੱਲ ਵਿੱਚ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਗ੍ਰੰਥ ਸਾਹਿਬ, ਹਰ ਗੱਲ ਵਿੱਚ ਆਪਣੇ ਗੁਰੂ ਦਾ ਆਸਰਾ ਲੈ ਅਤੇ ਪਤਾ ਫਿਰ ਕੀ ਹੋਏਗਾ? ਫਿਰ ਕਾੜਾ ਤੁਝੇ ਨਾ ਵਿਆ ਪਈ, ਨਾਨਕ ਮਿਟੇ ਉਪਾਧ। ਉਪਾਧ ਕਹਿੰਦੇ ਨੇ ਚਿੰਤਾ ਦੇ ਵਿੱਚੋਂ ਜਿਹੜੇ ਝਗੜੇ ਕਲਾ ਕਲੇਸ਼ ਖੜ੍ਹੇ ਹੋ ਜਾਂਦੇ ਨੇ ਨਾ। ਮਹਾਰਾਜ ਕਹਿੰਦੇ ਤੇਰੇ ਘਰ ਤੇਰੀ ਜ਼ਿੰਦਗੀ 'ਚ ਕੋਈ ਕਲਾ ਕਲੇਸ਼ ਨਹੀਂ ਰਹੇਗਾ।
हर प्रकार के झगड़े मुका देंगा, क्योंकि जिस चिंता करके कला पैंदी है मैं चिंता ही मुका देनी है, तो तेनू परेशानी कदी होगी। वो मुकेगी किदा? बारे कहिंदे जदों अमृत वेले उठेगा। तो ये गल्लां कौन दसदा है? गुर पूरे ते जाणी, पूरा गुरु ये गल्लां दसदा ने। दी ते दूजे ने आखना आ लै जा नग चांदी की छाप च मड़ा के ते अपनी उंगल च पा ला, तो फिर दसो मैनू वो नग जिहड़ा वह घर लिया के रोटियां दे दूगा। उदम तो फिर आपे ही करना पैना। जे बंदा दरिद्र पा के बैठा रहे तो जिन्ह ने नग पाले ने वह नगा ने लिया के घर कख नहीं देना। वो सियाने लोग कहिंदे हुंदे सी ना भी उदम अगे लक्ष्मी जो पखे अगे पाउण, पर दलिद्रियां दे घर गऊ लवेरी ते उठ के चोवे कौण? उहनां दे घर लवेरा भी होवे ते जो उठ के चौण ना ते गऊ की करूगी बेचारी, मज की करूगी? उहने आप आण के गलाह भर के दुध, उहनूं पट्ठे भी पाउणे पैणे ते उठ के चोणा भी पैणा। महाराज सच्चे पातशाह जी कहिंदे इह गल्लां दसदा पूरा गुरु भी आपण हथीं आपणा आपे ही काज सवार, ते तुसीं सवार दे हो। गुरु कृपा करे सब ते मेहर भरिया हथ रखे, भुल्लां चुकां दी खिमा फतेह बुलाओ जी। वाहिगुरु जी का खालसा वाहिगुरु जी की फतेह। एक ओंकार सतनाम करता पुरख निरपौ निर्वैर अकाल मूरत अजूनी सह भंग गुर प्रसाद। एक ओंकार सतनाम करता पुरख निरपौ निर्वैर अकाल मूरत अजूनी सह भंग गुर प्रसाद। एक ओंकार सतनाम करता पुरख निरपौ निर्वैर अकाल मूरत अजूनी सह भंग गुर प्रसाद। एक ओंकार सतनाम करता पुरख निरपौ निर्वैर अकाल मूरत अजूनी सह भंग गुर प्रसाद। एक ओंकार सतनाम करता पुरख निरपौ निर्वैर अकाल मूरत अजूनी सह भंग गुर प्रसाद। वाहे गुरु वाहे गुरु वाहे गुरु वाहे गुरु वाहे गुरु वाहे गुरु। वाहे गुरु जी का खालसा वाहे गुरु जी की फतेह। संत जना मिल हर जस गायो, कोट जन्म के दुख गवायो, जो चाहत सो मन पायो, कर कृपा हर नाम दिवायो, सर्व सुख हर नाम बढ़ाई,
ਵਾਹਿਗੁਰੂ ਜੀ ਕਾ ਖਾਲਸਾ।